ਨਸ਼ਪਾਲਨਨ ਕਲਾਸ ਵੇ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਵੀ ਆਰ ਬੈਕ ਵਿਦ ਅਨਦਰ ਵੀਡੀਓ ਅੱਜ ਇਸ ਵੀਡੀਓ ਰਹੀ ਆਪਾਂ ਪੰਜਾਬ ਜੀਕੇ ਦੇ ਉੱਪਰ ਗੱਲ ਕਰਾਂਗੇ ਇਹ ਜਿਹੜੀ ਵੀਡੀਓ ਹੈ ਪੰਜਾਬ ਜੀਕੇ ਮੈਰਾਥਨ ਕਲਾਸ ਰਹੇਗੀ ਔਰ ਇੱਕ ਰਿਵੀਜ਼ਨ ਐਡੀਸ਼ਨ ਰਹੇਗਾ ਜਿਸ ਵਿੱਚ ਜਿਹੜੇ ਵੀ ਆਉਣ ਵਾਲੇ ਐਗਜ਼ਾਮ ਨੇ ਤੁਹਾਡੇ ਜਿੰਨੇ ਵੀ ਅਪਕਮਿੰਗ ਐਗਜ਼ਾਮ ਨੇ ਪੰਜਾਬ ਦੇ ਔਰ ਉਹਨਾਂ ਲਈ ਬਹੁਤ ਹੀ ਬੈਨੀਫੀਸ਼ਲ ਰਹੇਗੀ ਇੱਥੇ ਆਪਾਂ ਟਾਪ 100 ਕੁਐਸਚਨਸ ਡਿਸਕਸ ਕਰਾਂਗੇ ਇੱਕ ਕੁਐਸਚਨ ਕਿਹੜੇ ਹੋਣਗੇ ਜਿਹੜੇ ਕਿ ਅਕਸਰ ਐਗਜ਼ਾਮ ਵਿੱਚ ਪੁੱਛੇ ਜਾ ਚੁੱਕੇ ਨੇ ਜਾਂ ਤੁਹਾਨੂੰ ਪੁੱਛੇ ਜਾਣਗੇ ਇਹ ਜਿਹੜਾ ਕਲਾਸ ਹੈ ਇਹ ਤੁਹਾਨੂੰ ਇੰਪੋਰਟੈਂਟ ਰਹੇਗੀ ਆਉਣ ਵਾਲੇ ਤੁਹਾਡੇ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੈ ਜਿਵੇਂ ਤੁਹਾਡਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਪੇਪਰ ਆਉਣ ਵਾਲਾ ਪੁਲਿਸ ਦਾ ਆਉਣ ਵਾਲਾ ਪਟਵਾਰੀ ਦਾ ਆਉਣ ਵਾਲਾ ਠੀਕ ਹੈ ਤੇ ਜਿੰਨੇ ਵੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਐਗਜ਼ਾਮਸ ਆਉਣੇ ਨੇ ਉਹਨਾਂ ਲਈ ਇਹ ਜਿਹੜੀ ਵੀਡੀਓ ਬਹੁਤ ਹੀ ਤੁਹਾਡੇ ਲਈ ਫਾਇਦੇਮੰਦ ਰਹੇਗੀ ਤਾਂ ਇੱਥੇ ਤੁਹਾਨੂੰ ਦੱਸ ਦਾਂ ਕਿ ਇਹ ਇੱਕ ਜਿਹੜੀ ਵੀਡੀਓ ਹੈ ਇਹ ਥੋੜੀ ਫਾਸ ਰਹੇਗੀ ਕਿਉਂਕਿ ਇਹ ਰਿਵੀਜ਼ਨ ਹੈ ਡਿਜੀਨ ਹੈ ਤੁਹਾਨੂੰ ਕੁਐਸਚਨਸ ਕੁਝ ਸਕਰੀਨ ਤੇ ਦਿਖਾਏ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਆਨਸਰ ਦੱਸੇ ਜਾਣਗੇ ਉਸ ਦੇ ਬਿਟਵੀਨ ਤੁਸੀਂ ਖੁਦ ਕਮੈਂਟ ਸੈਕਸ਼ਨ ਦੇ ਵਿੱਚ ਇਹਦੇ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਤਾਂ ਬਿਨਾਂ ਟਾਈਮ ਗਵਾਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਵੀਡੀਓ ਹੈ ਬਿਲਕੁਲ ਲਾਸਟ ਤੱਕ ਦੇਖਣੀ ਹੈ ਅਗਰ ਤੁਸੀਂ ਇਸ ਵੀਡੀਓ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਆ ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਲਓ ਜੀ ਇਹ ਰਹੀ ਸਾਰੇ ਕੁਐਸਚਨ ਤੁਹਾਡੇ ਸਾਹਮਣੇ 1 2 3 4 5 6 ਪਹਿਲੀ ਸਕਰੀਨ ਤੇ 6 ਕੁਐਸਚਨਸ ਨੇ ਇਹਨਾਂ ਦੇ ਤੁਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਮੈਂ ਨਾਲ-ਨਾਲ ਪੜ੍ਹਾਂਗਾ ਔਰ ਜਿਸ ਤਰ੍ਹਾਂ ਤੁਹਾਨੂੰ ਇਹਨਾਂ ਦੇ ਜਿਹੜਾ ਵੀ ਕੁਐਸਚਨ ਦਾ ਆਨਸਰ ਆਉਂਦਾ ਥੱਲੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਹੋਏਗਾ ਔਰ ਫਿਰ ਤੁਹਾਨੂੰ ਇਹਨਾਂ ਦੇ ਆਨਸਰਸ ਜਿਹੜੇ ਕਰੈਕਟ ਨੇ ਉਹ ਦੱਸੇ ਜਾਣਗੇ ਇਨ ਦਾ ਈਅਰ 2021 ਹੂ ਵਨ ਦਾ ਸਾਹਿਤਿਆ ਅਕੈਡਮੀ ਅਵਾਰਡ ਫਾਰ ਪੰਜਾਬੀ ਲੈਂਗੁਏਜ ਸੈਕੰਡ ਇਜ਼ ਹੂ ਇਜ਼ ਦਾ ਕਰੰਟ 2022 ਸਪੀਕਰ ਆਫ ਪੰਜਾਬ ਲੈਜਿਸਲੇਟਿਵ ਅਸੈਂਬਲੀ ਥਰਡ ਇਜ਼ ਵਿਚ ਇਜ਼ ਦਾ ਡੈਮ ਬਿਲਟ ਔਨ ਬਿਆਸ ਰਿਵਰ ਫੋਰਥ ਇਜ਼ ਦਾ ਟੋਟਲ ਏਰੀਆ ਆਫ ਪੰਜਾਬ ਇਜ਼ ਡੈਸ਼ ਪੰਜਾਬ ਦਾ ਏਰੀਆ ਟੋਟਲ ਏਰੀਆ ਕਿੰਨਾ ਹੈ ਫਿਫਥ ਇਜ਼ ਵਾਟ ਵਾਸ ਦਾ ਥੀਮ ਆਫ ਪੰਜਾਬਸ ਟੈਬਲੂ ਇਨ ਦਾ ਰਿਪਬਲਿਕ ਡੇ ਪਰੇਡ 2022 ਐਟ ਨਿਊ ਦਿੱਲੀ 6 इज हु वाज द फर्स्ट चीफ मिनिस्टर ऑफ पेप्सू तो एक क्वेश्चन ने एना रे ਤੁਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰੋ ਫਿਰ ਤੁਹਾਨੂੰ ਮੈਂ ਇਹਨਾਂ ਦੇ ਆਨਸਰ ਦੱਸਾਂਗਾ ਔਰ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਵੀਡੀਓ ਕਾਫੀ ਲੈਂਥੀ ਹੋਣ ਵਾਲੀ ਹੈ ਜੀ ਠੀਕ ਹੈ ਥੋੜੀ ਸਪੀਡ ਅਪ ਜ਼ਰੂਰ ਹੋਏਗੀ ਵੀਡੀਓ ਨੂੰ ਛੱਡ ਕੇ ਨਾ ਜਾਇਓ ਕਿਉਂਕਿ ਜਿਹੜੇ ਵੀ ਕੁਐਸਚਨ ਨੇ ਇਹਦੇ ਵਿੱਚ ਡਿਸਕਸ ਹੋਣ ਵਾਲੇ ਨੇ ਉਹ ਤੁਹਾਡੇ ਐਗਜ਼ਾਮ ਵਿੱਚ ਜ਼ਰੂਰ ਆਉਣਗੇ ਠੀਕ ਹੈ ਤਾਂ ਪਹਿਲਾ ਕੁਐਸਚਨ ਦੇ ਵਾਲ ਆਪਾਂ ਦੇਖਦੇ ਹਾਂ ਜੀ ਇਨ ਦਾ ইয়ার 2021 হু ਵਨ ਦਾ ਸਾਹਿਤਿਆ ਅਕੈਡਮੀ 어ਵਾਰਡ ফর ਪੰਜਾਬੀ ਲੈਂਗੁਏਜ ਇਹਦਾ ਜਿਹੜਾ ਆਨਸਰ ਰਹੇਗਾ ਜੀ ਉਹ ਰਹੇਗਾ ਇਹ ਰਿਹਾ ਤੁਹਾਡੇ ਸਾਹਮਣ ਖਾਲਿਦ ਹੁਸੈਨ ਕੌਣ ਹੈ ਜੀ ਇਹ ਪੰਜਾਬੀ ਰਾਈਟਰ ਹੈ ਜੰਮੂ ਤੋਂ ਤਾਂ ਖਾਲਿਦ ਹੁਸੈਨ ਨੂੰ ਹਾਲੀ ਦੇ ਵਿੱਚ 2021 ਵਿੱਚ ਸਾਹਿਤਿਆ ਅਕੈਡਮੀ ਅਵਾਰਡ ਦਿੱਤਾ ਗਿਆ ਕਿਹੜੀ ਲੈਂਗੁਏਜ ਲਈ ਪੰਜਾਬੀ ਲੈਂਗੁਏਜ ਲਈ ਠੀਕ ਹੈ ਤਾਂ ਆਨਸਰ ਕੀ ਹੋਏਗਾ ਖਾਲਿਦ ਹੁਸੈਨ ਅਗਰ ਤੁਹਾਨੂੰ ਐਗਜ਼ਾਮ ਵਿੱਚ ਪੁੱਛਿਆ ਜਾਂਦਾ 2021 ਵਿੱਚ ਸਾਹਿਤਿਆ ਅਕੈਡਮੀ ਅਵਾਰਡ ਕਿਹਨੂੰ ਦਿੱਤਾ ਗਿਆ ਖਾਲਿਦ ਹੁਸੈਨ ਨੂੰ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਆ ਜੀ ਜੰਮੂ ਤੋਂ ਦੂਸਰਾ ਕੁਐਸਚਨ ਦੇਖਦੇ ਆ ਜੀ ਹੂ ਇਜ਼ ਅ ਕਰੰਟ ਸਪੀਕਰ ਆਫ ਪੰਜਾਬ ਲੈਜਿਸਲੇਟਿਵ ਅਸੈਂਬਲੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਉਹਦੇ ਸਪੀਕਰ ਕੌਣ ਨੇ 2022 ਦੇ ਜਿਹੜੀ ਹੁਣੇ ਨਵੀਂ ਸਰਕਾਰ ਬਣੀ ਸੀ ਉਹਦੇ ਸਪੀਕਰ ਨੇ ਜੀ ਉਹਨੇ ਜੀ ਕੁਲਤਾਰ ਸਿੰਘ ਸਾਧਵਾਨ ਕੌਣ ਨੇ ਜੀ ਕੁਲਤਾਰ ਸਿੰਘ ਸਾਧਵਾਨ ਸੋ 2022 ਤੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਨਵੇਂ ਸਪੀਕਰ ਕੌਣ ਨੇ ਜੀ ਕੁਲਤਾਰ ਸਿੰਘ ਸਾਧਵਾਨ ਮੈਂ ਰਿਪੀਟ ਕਰਾਂ ਕੁਲਤਾਰ ਸਿੰਘ ਸਾਧਵਾਨ ਔਰ ਤੁਸੀਂ ਕੋਸ਼ਿਸ਼ ਕਰਨੀ ਹੈ ਰਿਵੀਜ਼ਨ ਕਰਨ ਦੀ ਔਰ ਦਿਮਾਗ ਦੇ ਵਿੱਚ ਰੱਖਣ ਦੀ ਇਹਨਾਂ ਸਾਰੇ ਆਨਸਰਸ ਨੂੰ ਸੋ ਦੈਟ ਤੁਸੀਂ ਐਗਜ਼ਾਮ ਵਿੱਚ ਚੰਗੀ ਤਰ੍ਹਾਂ ਅਟੈਂਪਟ ਕਰ ਪਾਓ ਨੈਕਸਟ ਇਜ਼ ਵਿਚ ਇਜ਼ ਦਾ ਡੈਮ ਬਿਲਟ ਔਨ ਬਿਆਸ ਰਿਵਰ ਬਿਆਸ ਰਿਵਰ ਦੇ ਉੱਪਰ ਕਿਹੜਾ ਡੈਮ ਬਣਿਆ ਹੋਇਆ ਹੈ ਆਨਸਰ ਹੈ ਤੁਹਾਡੇ ਸਾਹਮਣੇ ਉਹ ਹੈਗੇ ਜੀ ਪੌਂਗ ਡੈਮ ਐਂਡ ਪੰਨੋ ਪੰਦੋ ਡੈਮ ਦੋ ਡੈਮ ਨੇ ਪੋਂਗ ਡੈਮ ਐਂਡ ਪੰਦੋ ਡੈਮ ਹੋਰ ਤਨੁਦਾਦੀ ਜਿਹੜਾ ਪੋਂਗ ਡੈਮ ਹੈ ਉਸ ਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਕਿਹਾ ਜਾਂਦਾ ਠੀਕ ਹੈ ਤਾਂ ਕਿਹੜੀ ਰਿਵਰ ਬਿਆਸ ਰਿਵਰ ਕਿਹੜਾ ਡੈਮ ਹੈ ਜੀ ਪੋਂਗ ਡੈਮ ਮੇਜਰ ਡੈਮ ਹੈ ਜਿਹੜਾ ਤਾਂ ਪੋਂਗ ਡੈਮ ਨੂੰ ਹੋਰ ਨਾਮ ਨਾਲ ਜਾਣਿਆ ਜਾਂਦਾ ਉਹ ਕਿਹੜਾ ਜੀ ਮਹਾਰਾਣਾ ਪ੍ਰਤਾਪ ਸਾਗਰ ਡੈਮ ਚੌਥਾ ਕੁਐਸਚਨ ਹੈ ਤਾਂ ਟੋਟਲ ਏਰੀਆ ਆਫ ਪੰਜਾਬ ਇਜ਼ ਡੈਸ਼ ਏਰੀਆ ਮਤਲਬ ਪੰਜਾਬ ਦਾ ਟੋਟਲ ਜੀਓਗ੍ਰਾਫੀਕਲ ਏਰੀਆ ਕਿੰਨਾ ਹੈ ਇਹ ਅਕਸਰ ਕੁਐਸਚਨ ਪੁੱਛਿਆ ਜਾਂਦਾ ਜੀ ਉਹ ਹੈ ਜੀ 50362 ਸਕਰ ਕਿਲੋ ਕਿੰਨਾਰੀ 50362 ਕਿਲੋਮੀਟਰ ਕਿਨਾਰੀ 50362 ਸਕਰ ਕਿਲੋਮੀਟਰ ਨੈਕਸਟ ਹੈ ਜੀ ਫਿਫਥ ਆਪਣੇ ਕੋਲ ਵਾਟ ਵਾਸ ਦਾ ਥੀਮ ਆਫ ਪੰਜਾਬਸ ਟੀਬਲੂ ਇਨ ਦਾ ਰਿਪਬਲਿਕ ਡੇ ਪਰੇਡ 2022 ਐਟ ਨਿਊ ਡელი ਰੀਸਨਲੀ ਪੰਜਾਬ ਰਿਪਬਲਿਕ ਡੇ ਦਾ ਇੱਕ ਟੀਬਲੂ ਸੀਗਾ ਜਿਹੜੀ ਕਿ ਰੀਸਨਲੀ ਰਿਪਬਲਿਕ ਡੇ ਦੇ ਵਿੱਚ ਆਪਣਾ ਟੀਬਲੂ ਦਿੱਤਾ ਗਿਆ ਪੰਜਾਬ ਦੇ ਦੁਆਰਾ ਉਹਦਾ ਥੀਮ ਕੀ ਸੀਗਾ ਤਾਂ ਰਾਈਟ ਆਨਸਰ ਇਹ ਹੈਗਾ ਜੀ ਹੋਰੇਗਾ ਜੀ ਕੰਟਰੀਬਿਊਸ਼ਨ ਇਨ ਫਰੀडम ਸਟਰਗਲ ਸੋ ਪੰਜਾਬ ਟੀਬਲੂ ਦਾ ਥੀਮ ਸੀ ਜਿਹੜੇ ਰਿਪਬਲਿਕ ਡੇ ਪਰੇਡ 2022 ਦੇ ਵਿੱਚ ਹੋਈ ਉਹ ਸੀ ਕੰਟਰੀਬਿਊਸ਼ਨ ਇਨ ਫਰੀडम ਸਟਰਗਲ ਨੈਕਸਟ ਇਜ਼ ਹੂ ਵਾਸ ਦਾ ਫਰਸਟ ਚੀਫ ਮਿਨਿਸਟਰ ਆਫ ਪੈਪਸੂ ਪੈਪਸੂ ਦੇ ਪਹਿਲੇ ਚੀਫ ਮਿਨਿਸਟਰ ਕੌਣ ਸੀ ਪੈਪਸੂ ਦੇ ਪਹਿਲੇ ਚੀਫ ਮਿਨਿਸਟਰ ਕੌਣ ਸੀ ਓ ਸੀ ਜੀ ਗਿਆਨ ਸਿੰਘ ਰਾੜੇਵਾਲਾ ਕੌਣ ਸੀ ਗਿਆਨ ਸਿੰਘ ਰਾੜੇਵਾਲਾ ਪੈਪਸੂ ਜਿਹੜੀ ਇੱਕ ਬਾਡੀ ਸੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੜਿਆ ਹੋਇਆਗਾ ਤੁਸੀਂ ਮੇਰੇ ਵਿੱਚ ਕੋਈ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਬਸ ਤੁਸੀਂ ਇਹਨਾਂ ਯਾਦ ਰੱਖਣਾ ਹੈ ਕਿ ਪੈਪਸੂ ਦੇ ਪਹਿਲੇ ਚੀਫ ਮਿਨਿਸਟਰ ਕੌਣ ਸੀ ਗਿਆਨ ਸਿੰਘ ਰਾਡੇਵਾਲਾ ਔਰ ਥੱਲੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਪੈਪਸੂ ਦੇ ਪਹਿਲੇ ਰਾਜਪ੍ਰਮੁਖ ਕੌਣ ਸੀ ਮੈਂ ਰਿਪੀਟ ਕਰ ਰਿਹਾ ਪੈਪਸੂ ਦੇ ਪਹਿਲੇ ਰਾਜਪ੍ਰਮੁਖ ਕੌਣ ਸੀ ਇੱਥੇ ਤਾਂ ਚੀਫ ਮਿਨਿਸਟਰ ਪੁੱਛਿਆ ਗਿਆ ਪੈਪਸੂ ਦੇ ਪਹਿਲੇ ਰਾਜਪ੍ਰਮੁਖ ਕੌਣ ਸੀ ਠੀਕ ਹੈ ਤਾਂ ਚੀਫ ਮਿਨਿਸਟਰ ਕੌਣ ਸੀ ਗਿਆਨ ਸਿੰਘ ਰਾਡੇਵਾਲਾ ਤਾਂ ਇਹ ਸੀ ਜੀ ਪਹਿਲੇ ਸੇ ਕੁਐਸਚਨ ਪਹਿਲਾਂ ਆਪਾਂ ਪੜਿਆ ਰੀਜਨਲੀ ਸਾਥਿਆ ਅਕੈडमी ਅਵਾਰਡ 2021 ਦਾ ਕਿਹਨੂੰ ਦਿੱਤਾ ਗਿਆ ਖਾਲिद हुसैन स्पीकर कॉल ਨੇ ਕੁਲਤਾਰ ਸਿੰਘ ਸਾਧਵੰਦ ਬਿਆਸ ਰੀਵਰ ਉਪਰ ਕਿਹੜਾ ਡੈਮ ਹੈ ਜੀ ਪੌਂਗ ਡੈਮ ਜਿਹਨੂੰ ਮਹਾਰਾਣਾ ਪ੍ਰਤਾਪ ਸਾਹਿਬ ਦਾ ਡੈਮ ਕਿਹਾ ਜਾਂਦਾ ਹੈ ਟੋਟਲ ਏਰੀਆ ਪੰਜਾਬ ਦਾ ਕਿੰਨਾ 50362 ਕਿਲੋਮੀਟਰ ਥੀਮ ਕੀ ਸੀਗਾ ਪੰਜਾਬ डब्ल्यू ਦਾ ਰਿਪਬਲਿਕ ਡੇ ਦੌਰਾਨ ਕੰਟਰੀਬਿਊਸ਼ਨ ਇਨ ਫਰੀडम ਸਟ੍ਰਗਲ ਫਰਸਟ ਚੀਫ ਮਿਨਿਸਟਰ ਕੌਣ ਸੀ ਪੈਪਸੂ ਦੇ ਗਿਆਨ ਸਿੰਘ ਰਾੜੇਵਾਲਾ ਨੈਕਸਟ ਕੁਐਸਚਨ ਆਪਾਂ ਚੱਲਦੇ ਹਾਂ ਨੈਕਸਟ ਹੈ ਜੀ ਹੂ ਹੂ ਸਟਾਰਟਡ ਮੀਰੀ ਐਂਡ ਪੀਰੀ ਹੂ ਸਟਾਰਟਡ ਮੀਰੀ ਐਂਡ ਪੀਰੀ 8th ਹੈ ਚਿੱਟਾ ਲੋਹ ਇਸ ਰਿਟਨ ਬਾਈ 9th ਇਸ Who is the current yani ki 2022 education minister of Punjab 10th which city of Punjab was known as virat ki nagari 11th according to area of Punjab is at what rank amongst all 28 states of India 12th how many district of Punjab are located along international border with Pakistan ta e question hai ji 7 8 9 10 11 aur 12 da e da jo bhi answers ne jada vi thonu e de vichon answer aunda hai thalle comment section de vich koshish karni hai fir thonu main ade answer dasanga ਪਹਿਲਾ ਜੀ ਹੂ 스타ਟਡ ਮੀਰੀਅਨ ਪੀਰੀ ਚਿੱਠਾ ਲੌਜ਼ ਰਿਟਨ ਬਾਈ ਹੂ ਇਸ ਕਰੰਟ ਐਜੂਕੇਸ਼ਨ ਮਿਨਿਸਟਰ ਵਿਰਾਟ ਕੀ ਨਗਰੀ ਕੇਡੀ ਸਿਟੀ ਨੂੰ ਕਿਹਾ ਜਾਂਦਾ ਹੈ ਅਕੋਰਡਿੰਗ ਟੂ ਅਕੋਰਡਿੰਗ ਟੂ ਏਰੀਆ ਪੰਜਾਬ ਦਾ ਕੀ ਰੈਂਕ ਹੈ ਜੀ ਔਰ ਪੰਜਾਬ ਦੇ ਕਿੰਨੇ ਡਿਸਟ੍ਰਿਕਟਸ ਨੇ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਪਾਕਿਸਤਾਨ ਦੇ ਵਿੱਚ ਠੀਕ ਹੈ ਤਾਂ ਇਹ ਸੀ ਕੁਐਸਚਨ ਹੁਣ ਆਪਾਂ ਅਨਸਰ ਵੱਲ ਵਧਦੇ ਹਾਂ ਜੀ ਪਹਿਲੇ ਦਾ ਅਨਸਰ ਰਿਹਾ ਜੀ ਇਹ ਤਾਂ ਕਨਸੈਪਟ ਆਫ ਮੀਰੀਅਨ ਪੀਰੀ ਵਾਸ 스타ਟਡ ਬਾਈ ਸਿੱਖ ਗੁਰੂ ਥੈਟ ਇਜ਼ ਗੁਰੂ ਗੋਬਿੰਦ ਸਿੰਘ ਠੀਕ ਹੈ ਸੌਰੀ ਗੁਰੂ ਹਰਗੋਬਿੰਦ ਸਿੰਘ एरिया दी आंसर द कांसेप्ट ऑफ मीरी एंड पीरी वाज़ स्टार्टेड बाय सिक्ख सिख गुरु गुरु हरगोबिंद सिंह कदों जून 12 1606 ਦੇ ਵਿੱਚ ਸੋ ਮੀਰੀ ਪੀਰੀ ਕਿਨੇ ਸ਼ੁਰੂ ਕੀਤਾ ਗੁਰੂ ਹਰगोबिंद सिंह ਜੀ ਦੇ ਦੁਆਰਾ ਚਿੱਟਾਲਾ ਹੋਇਜ਼ ਰਿਟਨ ਬਾਈ ਕਿਦੇ ਦੁਆਰਾ ਲਿਖੀ ਗਈ ਚਿੱਟਾਲਾ ਨਾਨਕ ਸਿੰਘ ਦੇ ਦੁਆਰਾ ਹੋਜਾ கரنٹ এডਿਕੇਸ਼ਨ ਮਿਨਿਸਟਰ ਆਫ ਪੰਜਾਬ ਉਹਨੇ ਜੀ ਗੁਰਮੀਤ ਸਿੰਘ ਮੀਤ এডਿਕੇਸ਼ਨ ਮਿਨਿਸਟਰ ਕੌਣ ਨੇ ਗੁਰਮੀਤ ਸਿੰਘ ਮੀਤ ਵਿਚ ਸਿਟੀ ਆਫ ਪੰਜਾਬ ਵਾਸ ਨੋਨ ਐਸ ਵਿਰਾਟਕੀ ਨਗਰੀ ਵਿਰਾਟਕੀ ਨਗਰੀ ਕਿਹੜੀ ਸਿਟੀ ਨੂੰ ਕਿਹਾ ਜਾਂਦਾ ਪੰਜਾਬ ਦੀ ਉਹ ਕਿਹਾ ਜਾਂਦਾ ਜੀ ਦੱਸੂਗਾ টাউন ਹੈ ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਹੈ ਨੈਕਸਟ ਅਕੋਰਡਿੰਗ ਟੂ ਏਰੀਆ ਪੰਜਾਬ ਇਜ਼ ਐਟ ਵਿਚ ਰੈਂਕ ਅਮੰਗਸ 28 ਸਟੇਟਸ ਆਫ ਇੰਡੀਆ ਉਹ ਹੈਗਾ ਜੀ 19th ਏਰੀਆ ਵਾਈਜ਼ ਪੰਜਾਬ ਦਾ ਕਿਹੜਾ ਨੰਬਰ ਆਉਂਦਾ ਕਿਹੜਾ ਰੈਂਕ ਆਉਂਦਾ ਜੀ 19ਵਾਂ ਨੈਕਸਟ ਹਾਊ many ਡਿਸਟ੍ਰਿਕਟ ਆਫ ਪੰਜਾਬ ਆਰ ਲੋਕੇਟਡ ਅਲੋਂਗ ਇੰਟਰਨੈਸ਼ਨਲ ਬਾਰਡਰ ਵਿਦ ਪਾਕਿਸਤਾਨ ਪੰਜਾਬ ਦੇ ਨਾਲ ਕਿਨੇ ਡਿਸਟ੍ਰਿਕਟ ਲੱਗਦੇ ਨੇ ਪੰਜਾਬ ਦੇ ਕਿੰਨੇ ਡਿਸਟ੍ਰਿਕਟ ਲੱਗਦੇ ਨੇ ਇੰਟਰਨੈਸ਼ਨਲ ਬਾਰਡਰ ਜਿਹੜਾ ਆਪਣਾ ਪਾਕਿਸਤਾਨ ਦੇ ਨਾਲ ਕਿਨੇ ਡਿਸਟ੍ਰਿਕਟ ਲੱਗਦੇ ਨੇ ਜੀ ਉਹ ਲੱਗਦੇ ਨੇ ਟੋਟਲ 6 ਕਿਹੜੇ केड़े ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਡਿਸਟ੍ਰਿਕਟ ਨੇ ਜਿਹੜੇ ਕਿ ਬਾਰਡਰ ਨਾਲ ਲੱਗਦੇ ਨੇ ਪਾਕਿਸਤਾਨ ਦੇ ਨਾਲ ਕਿਹੜੇ ਨੇ ਜੀ 6 ਪਠਾਨਕੋਟ ਗੁਰਦਾਸਪੁਰ ਅਮਨਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਤਾਂ ਇਹ ਸੀ ਇਹਦੇ ਵਿੱਚ ਆਪਾਂ ਬੜੇ ਮੀਰੀ ਪੀਰੀ ਕੀਨੀ ਸ਼ੁਰੂ ਕੀਤਾ ਗੁਰੂ ਹਰਗੋਬਿੰਦ ਨੇ ਚਟਾਲਾਹੂ ਨਾਨਕ ਸਿੰਘ ਕਰੰਟ ਐਜੂਕੇਸ਼ਨ ਮਿਨਿਸਟਰ ਕੌਣ ਨੇ ਗੁਰਮੀਤ ਸਿੰਘ ਮੀਤ ਪੰਜਾਬ ਵਿੱਚ ਕਿਹੜੀ ਸਿਟੀ ਜਿਸ ਨੂੰ ਵਿਰਾਟਕੀ ਨਗਰੀ ਕਿਹਾ ਜਾਂਦਾ ਦਸੂਹਾ ਟਾਊਨ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਏਰੀਆ ਵਾਈਜ਼ ਪੰਜਾਬ ਦਾ ਕੀ ਰੈਂਕ ਹੈ ਜੀ 19th पाब के किन्ने डिस्ट्रिक्ट ने जिड़ी कि इंटरनेशनल बॉडर जरा पाकिस्तान के ना और लगते हैं छे कि ने पठानकोट गुरदसपुर अमृतसर तरन तारण फिरोजपुर एंड फाजिलका चलो जी अगे वादें आप थर्टीन क्वेश्चन है मैन वॉज द फोस्ट इलेक्शन ऑफ पाब असैम्बली हेल्थ फोटीन वट इज़ द टोटल लेंथ ऑफ इंडो पाक बॉर्डर इन द स्टेट ऑफ पंजाब फिफ्टीन हु इज़ द फादर ऑफ मॉडर्न पंजाबी लिटरेचर सिक्सटीन विच रिवर सपरेट्स द मालवा एंड दोआब रीजियन सैवनटीन द चाइल्डहुड नेम ऑफ गुरु डैश एटीन ਹੂ ਵਾਸ ਦਾ ਫਰਸਟ ਡਿਫੈਂਸ ਮਿਨਿਸਟਰ ਆਫ ਇੰਡੀਆ ਤਾਂ ਇਹ ਨੇ ਜੀ ਇਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਪਹਿਲਾ ਜੀ ਸਭ ਤੋਂ ਪਹਿਲਾਂ ਪੰਜਾਬ ਅਸੈਂਬਲੀ ਦੇ ਫਰਸਟ ਇਲੈਕਸ਼ਨਸ ਕਦੋਂ ਹੋਏ ਦੂਜਾ ਜੀ ਇੰਡੋ ਪਾਕ ਬਾਰਡਰ ਦੀ ਲੈਂਥ ਕਿੰਨੀ ਹੈ ਜੀ ਤੀਜਾ ਜੀ ਮਾਡਰਨ ਪੰਜਾਬੀ ਲਿਟਰੇਚਰ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਜੀ ਮਾਲਵਾ ਐਂਡ ਦੁਆਬਾ ਰੀਜਨ ਨੂੰ ਕਿਹੜੀ ਰਿਵਰ ਸੈਪਰੇਟ ਕਰਦੀ ਹੈ ਜੀ ਡਿਵਾਈਡ ਕਰਦੀ ਹੈ ਗੁਰੂ ਰਾਮਦਾਸ ਜੀ ਦਾ ਚਾਈਲਡ ਹੂਡ ਨੇਮ ਕੀ ਸੀ ਔਰ ਪਹਿਲੇ ਡਿਫੈਂਸ ਮਿਨਿਸਟਰ ਕੌਣ ਸੀ ਠੀਕ ਹੈ ਤਾਂ ਇਹ ਕੁਐਸਚਨਸ ਨੇ ਹੁਣ ਆਪਾਂ ਇਹਨਾਂ ਦੇ ਆਨਸਰ ਦੇਖਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਜੀ ਵੈਨ ਵਾਸ ਦਾ ਫਰਸਟ ਇਲੈਕਸ਼ਨ ਆਫ ਪੰਜਾਬ ਅਸੈਂਬਲੀ ਹੈਲਡ ਉਹ ਕਦੋਂ ਹੋਈ ਸੀ ਇਲੈਕਸ਼ਨ 1952 ਦੇ ਵਿੱਚ ਠੀਕ ਹੈ ਤਾਂ ਜਦੋਂ ਭਾਰਤ ਆਜ਼ਾਦ ਹੋਇਆ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੇ ਇਲੈਕਸ਼ਨਸ ਹੋਈ ਸੀ 1952 ਦੇ ਵਿੱਚ ਵਾਟ ਇਜ਼ ਦਾ ਟੋਟਲ ਲੈਂਥ ਆਫ ਇੰਡੋ ਪਾਕ ਬਾਰਡਰ ਇਨ ਸਟੇਟ ਆਫ ਪੰਜਾਬ ਜਿਹੜਾ ਇੰਡੀਆ ਔਰ ਪਾਕਿਸਤਾਨ ਦਾ ਬਾਰਡਰ ਹੈ ਪੰਜਾਬ ਸਟੇਟ ਵਿੱਚ ਉਹਦੀ ਟੋਟਲ ਲੈਂਥ ਕਿੰਨੀ ਹੈ ਜੀ ਇਹ ਅਕਸਰ ਐਗਜ਼ਾਮ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਉਹ ਹੈ ਜੀ 553 ਕਿਲੋਮੀਟਰ 553 ਕਿਲੋਮੀਟਰ ਕਿੰਨੀ ਹੈ ਜੀ 553 ਕਿਲੋਮੀਟਰ Who is the father of modern Punjabi literature modern Punjabi literature de pita kis nu keha janda hai right answer hovega oh hovega bhai veer singh so bhai veer singh is regarded as father of modern Punjabi literature next which river separate malwa and doaba region maja malwa doaba jis tarah apne regions ne utthe us tarah question puchhe janda ki malwa doaba region nu kehdi river divide kar diye separate kar diye oh kar diye ji ਸਤਲੁਜ ਰਿਵਰ ਸਤਲੁਜ ਰਿਵਰ ਮਾਲਵਾ ਐਂਡ ਦਵਾਬਾ ਨੂੰ ਏਰੀਆ ਨੂੰ ਸੈਪਰੇਟ ਕਰਦੀ ਹੈ ਔਰ ਇਥੇ ਲਿਖਿਆ ਹੋਇਆ ਦ ਰੀਜਨ ਟੁਵਾਰਡ ਸਾਊਥ ਆਫ ਦਿਸ ਰਿਵਰ ਇਜ਼ ਕਾਲਡ ਮਾਲਵਾ ਐਂਡ ਦ ਰੀਜਨ ਟੁਵਾਰਡਸ ਨਾਰਥ ਆਫ ਦਿਸ ਰਿਵਰ ਇਜ਼ ਕਾਲਡ ਦਵਾਬਾ ਸੋ ਜਿਹੜਾ ਸਾਊਥ ਵਾਲਾ ਏਰੀਆ ਉਹ ਹੈਗਾ ਜੀ ਮਾਲਵਾ ਜਿਹੜਾ ਨਾਰਥ ਵਾਲ ਏਰੀਆ ਹੈ ਉਹ ਹੈਗਾ ਜੀ ਦਵਾਬਾ ਤਾਂ ਕਿਹੜੀ ਰਿਵਰ ਡਿਵਾਈਡ ਕਰਦੀ ਹੈ ਸਤਲੁਜ ਰਿਵਰ ਦ ਚਾਈਲਡਹੂਡ ਨੇਮ ਆਫ ਗੁਰੂ ਰਾਮਦਾਸ ਵਾਸ ਡੈਸ਼ ਗੁਰੂ ਰਾਮਦਾਸ ਜੀ ਦਾ ਚਾਈਲਡਹੂਡ ਨੇਮ ਬਚਪਨ ਦਾ ਨਾਮ ਕੀ ਸੀ ਉਹ ਸੀ ਜੀ ਪਾਈ ਜੇਠਾ ਪਾਈ ਜੇਠਾ ओसी ਬਲਦੇਵ ਸਿੰਘ ਸੋ ਕੀ ਰਹੇਗਾ ਆਨਸਰ ਫਰਸਟ ਡਿਫੈਂਸ ਮਿਨਿਸਟਰ ਆਫ ਇੰਡੀਆ ਫਰਮ ਪੰਜਾਬ ਬਲਦੇਵ ਸਿੰਘ ਨੈਕਸਟ ਹੈ ਜੀ ਹਾਊ many ਡਿਸਟ੍ਰਿਕਟਸ ਆਰ देयर ਇਨ ਪੰਜਾਬ 2022 2022 ਦੇ ਵਿੱਚ ਕਿੰਨੇ ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ ਵਿਚ ਮੂਵਮੈਂਟ ਇਜ਼ ਨੋਨ ਐਸ ਨਾਮਦਾਰੀ ਮਿਸ਼ਨ ਵਿਚ ਅਮੰਗ ਆਫ ਗੁਰੂ ਇੰਟਰੋਡਿਊਸ ਮਸਾਂ ਸਿਸਟਮ ਮਸਾਂ ਸਿਸਟਮ ਕਿਹੜੇ ਗੁਰੂਦਵਾਰਾ ਸ਼ੁਰੂ ਕੀਤਾ ਗਿਆ ਐਮਪੀਰ ਅਕਬਰ ਵਾਸ enthroned ਐਟ ਵਿਚ ਪਲੇਸ ਅਕਬਰ ਨੂੰ ਰਾਜਗਦੀ ਕਿਹੜੀ ਜਗ੍ਹਾ ਤੇ ਦਿੱਤੀ ਗਈ ਵਿਚ ਰਿਵਰ ਫਲੋਸ ਥਰੂ ਮਾਲਵਾ ਰੀਜੀਅਨ ਮਾਲਵਾ ਰੀਜੀਅਨ ਵਿੱਚ ਕਿਹੜੀ ਰਿਵਰ ਵਹਿੰਦੀ ਹੈ ਜੀ ਵਿਚ ਟਾਊਨ ਆਫ ਪੰਜਾਬ ਇਸ ਨੋਨ ਐਸ ਗੁਰੂ ਕੀ ਕਾਸ਼ੀ ਕਿਹੜਾ ਪੰਜਾਬ ਦਾ ਇਹੋ ਜਿਹਾ ਟਾਊਨ ਹੈ ਸਿਟੀ ਹੈ ਜਾਂ ਏਰੀਆ ਹੈ ਜਿਸ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਕੁਐਸਚਨ ਨੇ ਤੁਹਾਡੇ ਸਾਹਮਣੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਮੇਰੇ ਤੋਂ ਪਹਿਲਾਂ 19 20 21 22 23 ਐਂਡ 24 ਪਹਿਲਾ ਜੀ ਪੰਜਾਬ ਦੇ ਵਿੱਚ ਡਿਸਟ੍ਰਿਕਟਸ ਕਿੰਨੇ ਨੇ ਕਿਹੜੀ ਮੂਵਮੈਂਟ ਹੈ ਜਿਸ ਨੂੰ ਨਾਮਦਾਰ ਰਿਮਿਸ਼ਨ ਕਿਹਾ ਜਾਂਦਾ ਹੈ ਨੈਕਸਟ ਇਜ਼ ਮਸਨ ਸਿਸਟਮ ਕਿਹੜੇ ਗੁਰੂ ਸਾਹਿਬਾਨ ਦੁਆਰਾ ਸ਼ੁਰੂ ਕੀਤਾ ਗਿਆ ਅਕਬਰ ਨੂੰ ਰਾਜਗਦੀ ਕਿਹੜੀ ਜਗ੍ਹਾ ਤੇ ਦਿੱਤੀ ਗਈ ਮਾਲਵਾ ਰੀਜਨ ਵਿੱਚ ਕਿਹੜੀ ਰਿਵਰ ਵਹਿੰਦੀ ਹੈ ਜੀ ਗੁਰੂ ਕੀ ਕਾਸ਼ੀ ਕਿਹੜੀ Town ਨੂੰ ਕਿਹਾ ਜਾਂਦਾ ਹੈ ਤਾਂ ਐਸੀ ਕੁਐਸਚਨ ਤੁਹਾਡੇ ਹੁਣ ਆਪਾਂ ਇਹਨਾਂ ਦੇ ਵਿੱਚ ਅਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਹਾਊ many districts are there in Punjab ਉਹ ਹੈਗੇ ਨੇ ਜੀ ਟੋਟਲ 23 ਪਹਿਲਾਂ 22 ਹੁੰਦੇ ਸੀ ਹੁਣ ਟੋਟਲ 23 ਡਿਸਟ੍ਰਿਕਟ ਹੋ ਚੁੱਕੇ ਨੇ ਦ ਲੇਟੈਸਟ ਐਡੀਸ਼ਨ ਟੂ ਦ ਲਿਸਟ ਆਫ ਡਿਸਟ੍ਰਿਕਟ ਇਜ਼ ਮਲੇਰ ਕੋਟਲਾ which was carved out of Sangrur district in 2021 so ਮਲੇਰ ਕੋਟਲਾ ਕਿਹਦੇ ਵਿੱਚੋਂ ਬਣਿਆ ਹੈ ਸੰਗਰੂਰ ਦੇ ਵਿੱਚੋਂ ਠੀਕ ਹੈ ਟੋਟਲ 23ਵਾਂ ਡਿਸਟ੍ਰਿਕਟ ਕਿਹੜਾ ਜੀ ਮਲੇਰ ਕੋਟਲਾ ਨੈਕਸਟ ਇਜ਼ which movement is known as namdhari mission ਕਹੜੀ ਇਹੋ ਜੀ ਕ੍ਰਾਂਤੀ ਦੇ ਇਸ ਨੂੰ ਨਾਮਧਾਰੀ ਮੂਵ ਉਹ ਹੈਗੇ ਜੀ ਕੋਕਾ ਮੂਵਮੈਂਟ ਕਿਹੜੀ ਮੂਵਮੈਂਟ ਕੋਕਾ ਮੂਵਮੈਂਟ ਜਿਹੜੀ ਕਿ ਨੇ ਸਥਾਪਿਤ ਕੀਤੀ ਸੀ ਬਾਲਕ ਸਿੰਘ ਦੇ ਦੁਆਰਾ ਸੋ ਨਾਮ ਦਾ ਮਿਸ਼ਨ ਹੈ ਜਿਹੜਾ ਉਸ ਨੂੰ ਕੀ ਕਿਹਾ ਜਾਂਦਾ ਕੋਕਾ ਮੂਵਮੈਂਟ ਕਿਹਾ ਕਿਹਾ ਜਾਂਦਾ ਕਿਹਦੇ ਦੁਆਰਾ ਇਸ ਨੂੰ ਫਾਊਂਡ ਕੀਤਾ ਗਿਆ ਬਾਲਕ ਸਿੰਘ ਦੁਆਰਾ ਨੈਕਸਟ ਵਿਚ ਅਮੰਗ ਆਫ ਗੁਰੂ ਇੰਟਰੋਡਿਊਸ ਦਾ ਮਸਨ ਸਿਸਟਮ ਮਸਨ ਸਿਸਟਮ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਉਹ ਕੀਤਾ ਗੁਰੂ ਰਾਮਦਾਸ ਜੀ ਦੁਆਰਾ ਕਿਸ ਦੇ ਦੁਆਰਾ ਗੁਰੂ ਰਾਮਦਾਸ ਜੀ ਦੁਆਰਾ ਅਰਥਾਤ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਣਾ ਕਿ ਮਸਨ ਸਿਸਟਮ ਕੀ ਹੁੰਦਾ ਸੀ ਨੈਕਸਟ ਐਮਪੀਰਰ ਅਕਬਰ ਵਾਸ ਐਨਥਰੋ ਅਕਬਰ ਨੂੰ ਕਿਹੜੀ ਜਗ੍ਹਾ ਤੇ ਰਾਜਦਗੀ ਦਿੱਤੀ ਗਈ ਸੀ ਉਹ ਹੈਗਾ ਜੀ ਕਲਨੌਰ ਕਿਹੜੀ ਜਗ੍ਹਾ ਕਲਨੌਰ ਇਹ ਇੱਕ ਏਰੀਆ ਜਿਹੜਾ ਕਿ ਗੁਰਦਾਸਪੁਰ ਵਿੱਚ ਪੈਂਦਾ ਹੈ ਠੀਕ ਹੈ ਅਕਬਰ ਨੂੰ ਕਿਹੜੀ ਜਗ੍ਹਾ ਇਨਥਰੋਨ ਕੀਤਾ ਗਿਆ ਕਲਨੌਰ ਗੁਰਦਾਸਪੁਰ ਵਿੱਚ ਵਿਚ ਰਿਵਰ ਫਲੋ ਥਰੂ ਮਾਲਵਾ ਰੀਜਨ ਮਾਲਵਾ ਰੀਜਨ ਵਿੱਚ ਕਿਹੜੀ ਰਿਵਰ ਫਲੋ ਕਰਦੀ ਹੈ ਉਹ ਕਿਹੜੀ ਕਰਦੀ ਹੈ ਜੀ ਉਹ ਕਰਦੀ ਹੈ ਜੀ ਸਤਲੁਜ ਰਿਵਰ ਕਿਹੜੀ ਰਿਵਰ ਸਤਲੁਜ ਰਿਵਰ ਵਿਚ ਟਾਊਨ ਆਫ ਪੰਜਾਬ ਇਸ नोन ਐਸ ਗੁਰੂ ਕੀ ਕਾਸ਼ੀ ਗੁਰੂ ਕੀ ਕਾਸ਼ੀ ਕਿਹੜੇ ਟਾਊਨ ਕਿਹਾ ਜਾਂਦਾ ਪੰਜਾਬ ਦੇ ਵਿੱਚ ਉਹ ਕਿਹਾ ਜਾਂਦਾ ਜੀ ਤਲਵੰਡੀ ਸਾਬੋ ਜਿਹੜਾ ਕਿ ਬਠਿੰਡਾ ਵਿੱਚ ਹੈ ਔਰ ਗੁਰਗੂ ਜਿਹੜੇ ਗੁਰਗੋਬਿੰਦ ਸਿੰਘ ਜੀ ਸੀ ਉਹਨਾਂ ਨੇ ਜਿਹੜਾ ਆਦ ਗ੍ਰੰਥ ਸੀ ਪੂਰਾ ਵਰਜਨ ਇੱਥੇ ਹੀ ਕੰਪਾਈਲ ਕੀਤਾ ਸੀ ਠੀਕ ਹੈ ਤਾਂ ਤਲਵੰਡੀ ਸਾਬੋ ਨੂੰ ਕੀ ਕਿਹਾ ਜਾਂਦਾ ਹੈ ਗੁਰੂ ਕੀ ਕਾਸ਼ੀ ਨੈਕਸਟ ਆਪਣੇ ਕੋਲ ਵਟ ਇਜ਼ ਸਰਪੇਸ਼ ਸਰਪੇਸ਼ ਕੀ ਹੁੰਦਾ ਹੈ ਫਤਿਹਪੁਰ ਜਿਹਨੂੰ ਆਪਾਂ ਵਿਕਟਰੀ ਟਾਵਰ ਕਹਿੰਦੇ ਇਸ ਸਿਚੁਏਟਿਡ ਇਨ ਵਿਲ ਸਿਟੀ ਉਹ ਕਿਹੜੀ ਸਿਟੀ ਵਿੱਚ ਹੈ ਪੰਜਾਬੀ ਲੈਂਗੁਏਜ ਇਜ਼ ਕਨਸੀਡਰਡ ਟੂ ਬੀ ਦ ਸੈਕਸੈਸਰ ਆਫ ਵਿਚ ਲੈਂਗੁਏਜ ਇਹ ਪੰਜਾਬੀ ਭਾਸ਼ਾ ਉਹ ਕਿਹੜੀ ਭਾਸ਼ਾ ਤੋਂ ਬਣੀ ਹੈ ਵੇਅਰ ਆਰ ਮਿਨੀ 올림픽ਸ ਹੈਲਡ ਇਨ ਪ ਵਿਚ ਇਟ ਇਜ਼ ਕਾਲਡ ਅਸ ਐਸ ਮੈਂਚੈਸਟਰ ਆਫ ਪੰਜਾਬ ਕਿਹੜੀ ਸਿਟੀ ਹੈ ਜਿਸ ਨੂੰ ਮੈਂਚੈਸਟਰ ਆਫ ਪੰਜਾਬ ਨਾਲ ਜਾਣਿਆ ਜਾਂਦਾ ਹੈ ਨੈਕਸਟ ਦ ਕੈਪੀਟਲ ਆਫ ਪੰਜਾਬ ਐਂਡ ਈਸ ਪੰਜਾਬ ਸਟੇਟ ਯੂਨੀਅਨ ਵਾਸ ਐਟ ਡੈਸ਼ ਪੈਪਸੂ ਵਿਦ ਕੈਪੀਟਲ ਕਿੱਥੇ ਸੀ ਇਹ ਨੇ ਜੀ ਤੁਹਾਡੇ ਕੋਲ ਕੁਸ਼ਚਨ ਪਹਿਲਾਂ ਸਰਪੇਸ਼ ਕਿਸ ਨੂੰ ਕਿਹਾ ਜਾਂਦਾ ਹੈ ਵਿਕਟਰੀ ਟਾਵਰ ਕਿਤੇ ਹੈ ਜੀ ਪੰਜਾਬੀ ਭਾਸ਼ਾ ਕਿਹੜੀ ਭਾਸ਼ਾ ਤੋਂ ਬਣੀ ਹੈ ਮਿਨੀ 올림픽ਸ ਕਿਤੇ ਹੁੰਦੀਆਂ ਹਨ ਮੈਂਚੈਸਟਰ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਔਰ ਪੈਪਸੂ ਦੀ ਕੈਪੀਟਲ ਕਿਸੀ ਠੀਕ ਹੈ ਇਹਨਾਂ ਦਾ ਜੋ ਵੀ ਆਨਸਰ ਹੈ ਤੁਸੀਂ ਜਿਹੜਾ ਵੀ ਤੁਹਾਨੂੰ ਆਨਸਰ ਆਉਂਦਾ ਹੈ ਉਹ ਥੱਲੇ ਕਮੈਂਟ ਸੈਕਸ਼ਨ ਵਿੱਚ ਜਿੰਨ ਦੀ ਕੋਸ਼ਿਸ਼ ਕਰਨੀ ਹੈ ਫਟਾਫਟ 25 26 28 29 ਅਤੇ 30 ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਚਲੋ ਜੀ ਆਪਾਂ ਵਧਦੇ ਹਾਂ ਅੱਗੇ ਤੇਜ਼ੀ ਨਾਲ ਸਰਪੇਸ਼ ਕੀ ਹੁੰਦਾ ਸਰਪੇਸ਼ ਇੱਕ ਔਰਨਾਮੈਂਟ ਹੈ ਜਿਹੜਾ ਕਿ ਪੱਗ ਦੇ ਉੱਪਰ ਬਣਿਆ ਜਾਂਦਾ ਹੈ ਠੀਕ ਹੈ ਐਨ ਔਰਨਾਮੈਂਟ ਵਨ ਇਨ ਫਰੰਟ ਆਫ ਟਰਬਨ ਜਿਹੜੀ ਆਪਣੀ ਪੱਗ ਹੁੰਦੀ ਹੈ ਰਾਜੇ ਮਹਾਰਾਜੇ ਪਹਿਲਾਂ ਪਾਉਂਦੇ ਸੀ ਤੇ ਪੱਗ ਦੇ ਅੱਗੇ ਉੱਪਰ ਬਣਿਆ ਜਾਂਦਾ ਸੀ ਠੀਕ ਹੈ ਤਾਂ ਉਸ ਨੂੰ ਕੀ ਕਹਿੰਦੇ ਸਰਪੇਸ਼ ਜਿਸ ਤਰ੍ਹਾਂ ਕਲਗੀ ਹੁੰਦੀ ਹੈ ਉਸੇ ਤਰ੍ਹਾਂ ਹੀ ਨੈਕਸਟ ਇਸ ਫਤਿਹਪੁਰਜ ਵਿਕਟਰੀ ਟਾਵਰ ਇਸ ਸਿਚੁਏਟਡ ਇਨ ਵਿਚ ਸਿਟੀ ਇਹ ਕਿਹੜੀ ਸਿਟੀ ਵਿੱਚ ਹੈ ਫਤਿਹਪੁਰ ਇਹ ਹੈਗਾ ਜੀ ਛੱਪਰ ਸ਼ਰੀ ਵਿੱਚ ਜਿਹੜਾ ਕਿ ਐਸ ਏ ਐਸ ਨਗਰ ਮਹਾਲੀ ਵਿੱਚ ਪੈਂਦਾ ਹੈ ਨੈਕਸਟ ਇਸ ਪੰਜਾਬੀ ਲੈਂਗੁਏਜ ਇਸ ਕਨਸੀਡਰਡ ਟੂ ਬੀ ਦ ਸਕਸੈਸਰ ਆਫ ਵਿਚ ਲੈਂਗੁਏਜ ਪੰਜਾਬੀ ਭਾਸ਼ਾ ਕਿਹੜੀ ਭਾਸ਼ਾ ਤੋਂ ਬਣੀ ਹੈ ਉਹ ਬਣੀ ਹੈ ਜੀ ਸ਼ੌਰਾ ਸੈਨੀ ਪ੍ਰਕਿਰਤ ਕਿਹੜੀ ਤੋਂ ਜੀ ਸ਼ੌਰਾ ਸੈਨੀ ਪ੍ਰਕਿਰਤ ਯਾਦ ਰੱਖਣਾ ਤੁਸੀਂ ਵੇਅਰ ਆਰ ਮਿਨੀ 올림픽ਸ ਹੈਲਡ ਇਨ ਪੰਜਾਬ ਮਿਨੀ 올림픽ਸ ਪੰਜਾਬ ਵਿੱਚ ਕਿੱਥੇ ਹੁੰਦੀਆਂ ਨੇ ਜੀ ਉਹ ਹੁੰਦੀਆਂ ਨੇ ਜੀ ਲੁਧਿਆਣਾ ਵਿੱਚ ਠੀਕ ਹੈ ਔਰ ਇਹ ਜਿਹੜੀਆਂ ਗੇਮਸ ਹੁੰਦੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਕਿਲਾ ਰਾਇਪੁਰ ਸਪੋਰਟਸ ਫੈਸਟੀਵਲ ਕੀ ਕਿਹਾ ਜਾਂਦਾ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਅਗਰ ਪੁੱਛਿਆ ਜਾਵੇ ਤੁਹਾਨੂੰ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਕਿੱਥੇ ਹੁੰਦਾ ਜੀ ਉਹ ਹੁੰਦਾ ਜੀ ਲੁਧਿਆਣਾ ਦੇ ਵਿੱਚ ਜਾਂ ਮਿਨੀ 올ਿਪਿਕਸ ਕਿੱਥੇ ਹੁੰਦੀ ਹੈ ਲੁਧਿਆਣਾ ਦੇ ਵਿੱਚ ਵੀ ਇਟ ਇਜ਼ ਦ ਕਾਲ ਦਾ ਮਾਂਚੈਸਟਰ ਓਪਨ ਚਾ ਪੰਜਾਬ ਦੇ ਵਿੱਚ ਮਾਂਚੈਸਟਰ ਓਪਨ ਪੰਜਾਬ ਕਿਸ ਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਜੀ ਲੁਧਿਆਣਾ ਔਰ ਇਹ ਟਾਈਟਲ ਬੀਬੀਸੀ ਦੇ ਵੱਲੋਂ ਦਿੱਤਾ ਸੀਗਾ ਠੀਕ ਹੈ ਤਾਂ ਕੈਪੀਟਲ ਆਫ ਪੰਜਾਬ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਪੈਪਸੋ ਦੀ ਫੁੱਲ ਫਾਰਮ ਹੈ ਜੀ ਕੀ ਸੀ ਇਜ਼ ਦੀ ਕੈਪੀਟਲ ਓਕੇ ਸੀ ਉਹ ਸੀ ਪਟਿਆਲਾ ਠੀਕ ਹੈ ਜੀ ਚਲੋ ਅੱਗੇ ਵਧਦੇ ਹ हू रोट अनंद कारज अनंद कारज किस Goyind, ने द्वारा लिखा गया हू फाउंडेड गोइंदवाल साहिब जडी की तरनतारन विच है उस्नु किसने फाउंड कीता किसे ने स्थापित कीता हू फाउंडेड दल्लेवालिया मिसल दल्लेवालिया मिसल किसने स्थापित कीती व्हिच सिटी इज नोन एज़ सिफती दा घर सिफती दा घर केडी सिटी नु कहा जांदा है हाउ मेनी टाइम्स मोहम्मद गजनवी अटैक पंजाब मोहम्मद गजनवी ने पंजाब नु किन्ने वारी अटैक कीता 31 32 33 34 35 36 ਇਹ ਕੁਐਸਚਨ ਨੇ ਤੁਹਾਡੇ ਸਾਹਮਣੇ ਇਹਨਾਂ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰੋ ਪਹਿਲਾ ਜੀ ਸੁਖਮਨੀ ਸਾਹਿਬ ਕਿਸ ਨੇ ਲਿਖ ਲਿਆ ਦੂਜਾ ਅਨੰਦ ਕਾਰਜ ਕਿਸ ਨੇ ਲਿਖਿਆ ਤੀਜਾ ਗੋਇੰਦਵਾਲ ਸਾਹਿਬ ਨੂੰ ਕਿਸ ਨੇ ਫਾਊਂਡ ਕੀਤਾ ਚੌਥਾ ਜੀ ਦਲੇਵਾਲੀਆ ਮਿਸਲ ਕਿਸ ਨੇ ਸਥਾਪਿਤ ਕੀਤੀ ਕੇਡਸੀਟੀ ਨੂੰ ਸਫਤੀ ਦਾ ਘਰ ਕਿਹਾ ਜਾਂਦਾ ਹੈ 36ਵੇਂ ਹੈ ਜੀ ਮੁਹੰਮਦ ਗਜ਼ਰੀ ਨੇ ਪੰਜਾਬ ਦੇ ਉੱਪਰ ਕਿੰਨੇ ਵਾਰ ਅਟੈਕ ਕੀਤਾ ਠੀਕ ਹੈ ਇਹ ਨੇ ਜੀ ਕੁਐਸਚਨਸ ਇਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਫਟਾਫਟ ਜੋ ਵੀ ਤੁਹਾਨੂੰ ਇਹਨਾਂ ਦਾ ਜਿਹੜੇ ਵੀ ਕੁਐਸਚਨ ਇਹਨਾਂ ਵਿੱਚੋਂ ਤੁਹਾਨੂੰ ਆਉਂਦੇ ਨੇ ਸੋ ਤੇ ਤੁਹਾਡੀ ਪ੍ਰੈਕਟਿਸ ਚਲੋ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹੂ ਰੋਟ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਕਿਹੜੇ ਗੁਰੂ ਸਾਹਿਬਾਂ ਦੇ ਦੁਆਰਾ ਲਿਖਿਆ ਗਿਆ ਉਹ ਲਿਖਿਆ ਜੀ ਗੁਰੂ ਅਰਜਨ ਦੇਵ ਜੀ ਦੁਆਰਾ 1602 ਵਿੱਚ 1602 ਦੇ ਵਿੱਚ ਲਿਖਿਆ ਗਿਆ ਸੁਖਮਨੀ ਸਾਹਿਬ ਕਿਹੜੇ ਗੁਰੂ ਗੁਰੂ ਸਾਹਿਬਾਂ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਨੈਕਸਟ ਇਜ਼ ਹੂ ਰੋਟ ਅਨੰਦ ਕਾਰਜ ਅਨੰਦ ਕਾਰਜ ਕਿਸ ਨੇ ਲਿਖਿਆ ਉਹ ਲਿਖਿਆ ਜੀ ਗੁਰੂ ਰਾਮਦਾਸ ਜੀ ਦੁਆਰਾ ਜਿਹੜੇ ਅਨੰਦ ਕਾਰਜ ਹੁੰਦੇ ਨੇ ਸਿੱਖ ਧਰਮ ਦੇ ਵਿੱਚ ਜਦੋਂ ਵਿਆਹ ਹੁੰਦਾ ਹੈ ਜੀ ਚਾਰ ਲਾਵਾ ਹੁੰਦੀਆਂ ਤਾਂ ਉਹ ਅਨੰਦ ਕਾਰਜ ਕਿਸ ਦੇ ਦੁਆਰਾ ਲਿਖਿਆ ਗਿਆ ਗੁਰ ਇਸ ਸਿਟੀ ਜਿਹੜੀ ਫਾਊਂਡ ਕੀਤੀ ਗਈ ਸੀ ਗੁਰੂ ਅਮਰਦਾਸ ਜੀ ਦੁਆਰਾ ਨੈਕਸਟ ਇਜ਼ ਹੂ ਫਾਊਂਡਡ ਦੱਲੇਵਾਲੀਆ ਮਿਸਲ ਦੱਲੇਵਾਲੀਆ ਮਿਸਲ ਕਿਸ ਨੇ ਸਥਾਪਿਤ ਕੀਤੀ ਉਹ ਕੀਤੀ ਗਈ ਜੀ ਸਰਦਾਰ ਗੁਲਾਬ ਸਿੰਘ ਦੁਆਰਾ ਕਿਹਦੇ ਦੁਆਰਾ ਸਰਦਾਰ ਗੁਲਾਬ ਸਿੰਘ ਦੁਆਰਾ ਨੈਕਸਟ ਵਿਚ ਸਿਟੀ ਇਜ਼ ਨੋਨ ਐਸ ਸਿਫਤੀ ਦਾਕਰ ਸਿਫਤੀ ਦਾਕਰ ਕਿਹੜੀ ਸਿਟੀ ਨੂੰ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈ ਜੀ ਅੰਮ੍ਰਿਤਸਰ ਨੂੰ ਕਿਹੜੀ ਸਿਟੀ ਨੂੰ ਅੰਮ੍ਰਿਤਸਰ ਨੂੰ ਨੈਕਸਟ ਹੈ ਆਪਣੇ ਕੋਲ ਹਾਊ ਮੈਨੀ ਟਾਈਮਸ ਮੁਹੰਮਦ ਗਜ਼ਨੀ ਅਟੈਕ ਪੰਜਾਬ ਮੁਹੰਮਦ ਗਜ਼ਨੀ ਨੇ ਪੰਜਾਬ ਨੂੰ ਕਿੰਨੀ ਵਾਰੀ ਅਟੈਕ ਕੀਤਾ ਕਿੰਨੀ ਵਾਰੀ ਕੀਤਾ 17 ਵਾਰੀ ਤਾਂ ਕੁਐਸਚਨ ਪੜ੍ਹੇ ਸਖਬਣੀ ਸਾਹਿਬ ਕਿਸ ਨੇ ਲਿਖਿਆ ਗੁਰੂ ਅਰਜਨ ਦੇਵ ਜੀ ਦੁਆਰਾ ਆਨੰਦ ਕਾਰਜ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਦੀ ਫਾਊਂਡੇਸ਼ਨ ਗੁਰੂ ਅਮਰਦਾਸ ਜੀ ਦਿੱਲੀ ਵਾਲੀ ਮਿਸਲ ਸਰਦਾਰ ਗੁਲਾਬ ਸਿੰਘ ਸਿਫਤੀ ਦਾ ਘਰ ਕਿਸ ਨੂੰ ਕਿਹਾ ਜਾਂਦਾ ਅੰਮ੍ਰਿਤਸਰ ਨੂੰ ਗਜ਼ਰੀ ਨੇ ਕਿੰਨੇ ਵਾਰ اٹੈਕ ਕੀਤਾ 17 ਟਾਈਮਸ ਨੈਕਸਟ ਆ ਜੀ ਆਪਣੇ ਕੋਲ ਸੈਂਟੀਮਾ ਦਾ ਵਰਡ ਪੰਜਾਬ ਇਸ ਟੇਕਨ ਫਰਮ ਵਿਚ ਲੈਂਗੁਏਜ ਕਿਹੜੀ ਭਾਸ਼ਾ ਤੋਂ ਵਰਡ ਜਿਹੜਾ ਪੰਜਾਬ ਆ ਉਹ ਲਿੱਤਾ ਗਿਆ ਹੈ ਪਾਕੜਾ ਡੈਮ ਇਸ ਸਿਊਟੇਟਿਡ ਐਟ ਵਿਚ ਰਿਵਰ ਜਿਹੜਾ ਪਾਕੜਾ ਡੈਮ ਹੈ ਕਿਹੜੀ ਰਿਵਰ ਦੇ ਉੱਪਰ ਸਥਿਤ ਕਰਦਾ ਹੈ ਵੇਡੂ ਬਿਆਸ ਐਂ ਸਤਲੁਜ ਮੀਟ ਬਿਆਸ ਤੇ ਸਤਲੁਜ ਜਿਹੜੀਆਂ ਰਿਵਰਸ ਨੇ ਕਿਹੜੀ ਜਗ੍ਹਾ ਤੇ ਮਿਲਦੀਆਂ ਨੇ ਬਚਿੱਤਰਨਾਟਕ ਇਜ਼ ਆਟੋਬਾਇਓਗ੍ਰਾਫੀ ਆਫ ਵਿਚ ਗੁਰੂ ਬਚਿੱਤਰਨਾਟਕ ਆਟੋਬਾਇਓਗ੍ਰਾਫੀ ਕਿਹੜੇ ਗੁਰੂ ਸਾਹਿਬਾਨ ਦੀ ਹੈ ਟਾਊਨ ਆਫ ਤਰਨਤਾਰਨ ਵਾਸ ਫਾਊਂਡੇਡ ਬਾਈ ਵਿਚ ਪਰਸਨ ਤਰਨਤਾਰਨ ਦਾ ਜਿਹੜਾ ਤਰਨਤਾਰਨ ਦਾ ਜਿਹੜਾ ਟਾਊਨ ਆ ਜਾਂ ਸਿਟੀ ਹੈ ਜਿਹੜੀ ਤਰਨਤਾਰਨ ਉਸ ਨੂੰ ਕਿਸ ਨੇ ਫਾਊਂਡ ਕੀਤਾ ਸੀ ਵਿਚ ਗੁਰੂ ਇਜ਼ ਨੋਨ ਐਸ ਹਿੰਦੀ ਚਾਦਰ ਕਿਹੜੇ ਗੁਰੂ ਸਾਹਿਬਾਨ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਇਹ ਨਹੀਂ ਤੁਹਾਡੇ ਕੋਲ ਕੁਐਸਚਨ 37 38 39 40 41 ਤੇ 42 ਇਨਾਂ ਦੇ ਜੋ ਵੀ ਆਨਸਰਸ ਨੇ ਤੁਸੀਂ ਥੱਲੇ ਕਮੈਂਟ ਸੈਕਸ਼ਨ ਦੇਣ ਦੀ ਕੋਸ਼ਿਸ਼ ਕਰੋ ਪਹਿਲਾ ਜੀ ਪੰਜਾਬ ਜਿਹੜਾ ਸ਼ਬਦ ਹੈ ਕਿਹੜੀ ਭਾਸ਼ਾ ਦਿੱਤਾ ਗਿਆ ਪਾਖੜਾ ਡੈਮ ਕਿਹੜੀ ਰਿਵਰ ਦੇ ਉੱਪਰ ਹੈ ਜੀ ਵਿਆਸ ਐਂਡ ਸਤਲੁਜ ਕਿਹੜੇ ਪੁਆਇੰਟ ਤੇ ਮਿਲਦੀ ਹੈ ਜੀ 75 ਨਾਂ ਦਾ ਕੀ ਦੀ ਆਟੋ ਬਾਇਓਗ੍ਰਾਫੀ ਹੈ ਤਰਨ ਤਾਰਨ ਨੂੰ ਕਿਸ ਦੇ ਦੁਆਰਾ ਸਥਾਪਿਤ ਕੀਤਾ ਗਿਆ ਔਰ ਕਿਹੜੇ ਗੁਰੂ ਸਾਹਿਬਾਨ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤਾਂ ਤੇ ਜਿੰਨਾਂ ਨਾਲ ਅੱਗੇ ਵਧਦੇ ਹਾਂ ਜੀ 37 38 29 40 41 ਔਰ 42 ਦੇ ਆਨਸਰਸ ਲਈ ਪਹਿਲੇ ਦਾ ਆਨਸਰ ਆਏਗਾ ਜੀ ਔਰੇਗਾ ਜੀ फारसी यानी कि परशियन सो तो पंजाबी पंजाब जोड़ा पंजाब शब्द है वो कि भाषा लिता गया जी फारसी जिन्होंने आपन लैंगुएज कहते हैं काखड़ा डैम इज़ रिटेड एट विच रिवर कि रिवर स्थित करता है पाखड़ा डैम वो करता है जी सतलुज रिवर के उपर बिलासपुर के जी पी हिमाचल प्रदेश ठीक है वेर डू ब्यास एंड सतलुज मील मीट एक कि जगह से दोनों रिवर्स मिलती ने वो मिलती ने जी हरी के पत्तन ठीक है जिसू हरी के भी कहा जाता है हरी के पत्तन बचित्र नाटक कि आर्टोबायोग्राफी है वह है जी गुरु गोबिंद सिंह जी की है जी गुरु गोबिंद सिंह जी नैक्सट इज ਹੂ ਫਾਊਂਡਡ ਤਰਨਤਾਰਨ ਉਹ ਹੈ ਜੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਤਰਨਤਾਰਨ ਦੀ ਸਥਾਪਨਾ ਕੀਤੀ ਗਈ ਨੈਕਸਟ ਇਸ ਵਿੱਚ ਗੁਰੂ ਇਜ਼ ਨੋਨ ਐਸ ਹਿੰਦੀ ਚਾਦਰ ਕਿਸ ਨੂੰ ਕਿਹਾ ਜਾਂਦਾ ਹੈ ਹਿੰਦੀ ਚਾਦਰ ਕਿਹੜੇ ਗੁਰੂ ਸਾਹਿਬਾਨ ਨੂੰ ਉਹ ਕਿਹਾ ਜਾਂਦਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਠੀਕ ਹੈ ਤਾਂ ਇਹ ਆਪਾਂ ਇੱਥੇ ਕੁਐਸਚਨਸ ਕਿਹੜੇ ਪਰੇ ਪੰਜਾਬੀ ਜਿਹੜੀ ਭਾਸ਼ਾ ਕਿਹੜੀ ਜਿਹੜੀ ਕਿਹੜੀ ਲੈਂਗੁਏਜ ਤੋਂ ਲਿੱਤੀ ਗਈ ਉਹ ਲਿੱਤੀ ਹੈ ਫਾਰਸੀ ਯਾਨੀ ਕਿ ਪਰਸ਼ੀਅਨ ਤੋਂ ਪਾਕਿਸਤਾਨ ਕਿਹੜੀ ਰਿਵਰ ਤੇ ਹੈ ਜੀ ਸਤਲੁਜ ਰਿਵਰ ਤੇ ਬਿਆਸ ਐਂਡ ਸਤਲੁਜ ਕਿੱਥੇ ਮਿਲਦੀਆਂ ਨੇ ਹਰੀਕੇ ਪੱਤਨ ਤੇ बजेत्र नाटक किटोबायग्राफी है गुरु गोबिंद जी की तरन तारण कि द्वारा स्थापित किया गया गुरु अर्जन देव जी द्वारा किड़े गुरु में हिंदी चादर किया जाता है जी गुरु तेग बहादुर जी नैक्सट है जी फोर्ट क्वेश्चन हु सैट ऑन द थ्रोन ऑफ लाहौर दरबार आफ्टर द डैथ ऑफ महाराजा रणजीत सिंह महाराजा रणजीत सिंह की डैथ तो बाद लाहौर दरबार का राजा किसान बनाया गया नैक्सट हु लेड द फाउंडेशन ऑफ पंगी मिसल पंगी मिसल किसने स्थापित की हु वॉज द फाउंडर ऑफ शुकर चकिया मिसल शुकर चकिया मिसल दे फाउंडर कौन सी फोर्टी सिक्स क्वेश्चन वट इज़ द नेम ऑफ द मेमोरियल बिल्ट बाय गवर्नमेंट एट करतारपुर करतारपुर सरकार द्वारा एक मेमोरियल जगह बनाई गई उसका नाम की है टोटल लिटरेसी रेट ऑफ पाब इज़ डैश लिटरेसी रेट किन्ना है वट इज़ द ओल्ड नेम ऑफ चनाब चनाब का पुराना नाम की है फोर्ट थर्ड फोर्टी फोर फोर्ट फाइव फोर्ट फोर्टन एंड फोर्टी एट क्वेश्चन ने एना आंसर देने की कोशिश करो थले फटाफट पहला है जी लाहौर दरबार का दर राजा कौन बनया से महाराजा रणजीत सिंह डैथ तो बाद पंगी मिसल किसने स्थापित की थी, सुकर चकिया मिसल किसने स्थापित की थी, ਪੰਜਾਬ ਸਰਕਾਰ ਦੇ ਦੁਆਰਾ ਕਰਤਾਰ ਵਿੱਚ ਕਰਤਾਰਪੁਰ ਵਿੱਚ ਕਿਹੜਾ ਮੈਮੋਰੀਅਲ ਬਣਾਇਆ ਗਿਆ ਹੈ ਪੰਜਾਬ ਦਾ ਟੋਟਲ ਲਿਟਰੇਸੀ ਰੇਟ ਕਿੰਨਾ ਹੈ ਜੀ ਔਰ ਜਨਾਬ ਦਾ ਪੁਰਾਣਾ ਨਾਮ ਕੀ ਸੀਗਾ ਇਹ ਇਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੋ 43 44 45 46 47 ਐਂਡ 48 ਦੀ ਰਾਈਟ ਤੇ ਇਹਨਾਂ ਦੇ ਆਨਸਰ ਆਪਾਂ ਤੇਜੀ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲੇ ਹੈ ਜੀ ਖੜਕ ਸਿੰਘ ਸੋ ਖੜਕ ਸਿੰਘ ਜਿਹਨੂੰ ਰਾਜਾ ਬਣਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਨੈਕਸਟ ਇਜ਼ ਹੂ ਲੇਡ ਦਾ ਫਾਊਂਡੇਸ਼ਨ ਆਫ ਪੰਗੀ ਮਿਸਲ ਪੰਗੀ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਸੀ ਉਹ ਕੀਤੀ ਸੀ ਜੀ ਛੱਜਾ ਸਿੰਘ ਕੀ ਹੋਏਗਾ ਆਨਸਰ ਛੱਜਾ ਸਿੰਘ ਹੂ ਵਾਸ ਦਾ ਫਾਊਂਡਰ ਆਫ ਸ਼ੁਕਰ ਚੱਕੀਆ ਮਿਸਲ ਸ਼ੁਕਰ ਚੱਕੀਆ ਮਿਸਲ ਦੇ ਫਾਊਂਡਰ ਕੌਣ ਸੀਗੇ ਉਹ ਸੀ ਜੀ ਅਚਾਰਾ ਸਿੰਘ ਕੌਣ ਸੀ ਜੀ ਚਰਤ ਸਿੰਘ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਜੀ ਅਗਰ ਤੁਸੀਂ ਪੰਜਾਬ ਜੀ ਕੇ ਪੜ੍ਹੀ ਹੈ ਪੰਜਾਬ ਦੇ ਬਾਰੇ ਪੜਿਆ ਹੈ ਸ਼ੁਕਰ ਚੱਕੀਆ ਮਿਸਲ ਤੋਂ ਕਿਹੜਾ ਰਾਜਾ ਬਿਲੋਂਗ ਕਰਦਾ ਸੀ ਸ਼ੁਕਰ ਚੱਕੀਆ ਮਿਸਲ ਤੋਂ ਕਿਹੜਾ ਰਾਜਾ ਬਿਲੋਂਗ ਕਰਦਾ ਸੀ ਨੈਕਸਟ ਇਜ਼ ਵਾਟ ਇਜ਼ ਦਾ ਨੇਮ ਆਫ ਮੈਮੋਰੀਅਲ ਬਿਲਟ ਬਾਈ ਪੰਜਾਬ ਗਵਰ ਅਨਸਰ ਹੈਗਾ ਜੀ ਜੰਗੇ ਆਜ਼ਾਦੀ ਮੈਮੋਰੀਅਲ ਕਤਾਰਪੁਰ ਵਿੱਚ ਇੱਕ ਫ੍ਰੀडम ਫਾਈਟਰਸ ਨੂੰ ਲੈ ਕੇ ਇੱਕ ਬਿਲਡਿੰਗ ਬਣਾਈ ਗਈ ਹੈ ਜਿਸ ਨੂੰ ਆਪਾਂ ਕਹਿੰਦੇ ਜੰਗੇ ਆਜ਼ਾਦੀ ਮੈਮੋਰੀਅਲ ਟੋਟਲ ਲਿਟਰੇਸੀ ਰੇਟ ਆਫ ਪੰਜਾਬ ਇਸ ਡੈਸ਼ ਉਹ ਹੈਗਾ ਜੀ 75.84% 75.84% ਵਾਟ ਇਜ਼ ਦਾ 올ਡ ਨੇਮ ਆਫ ਚਨਾਬ ਚਨਾਬ ਦਾ ਪੁਰਾਣਾ ਨਾਮ ਕੀ ਹੈ ਉਹ ਹੈ ਜੀ ਅਸੀਂ ਕਹਿੰਦੇ ਚਨਾਬ ਨੂੰ ਕੀ ਕਿਹਾ ਜਾਂਦਾ ਜੀ ਅਸੀਂ ਕਹਿੰਦੇ चिनाब का पुराना नाम की है जी असी कि नहीं एशियट नेम है ठीक है तो ये आप पढ़िया महाराजा रणजीत सि डैथ तो बाद बनाया गया खड़ग सिंकी मिसल किस द्वारा स्थापित की गई छज्जा सिंह शुक्र चक्के मिसल किस द्वारा स्थापित की गई चरत सिंह गवर्नमेंट द्वारा करतारपुर एक मेमोरीयल बनाया गया उस नाम की जंग आजादी मेमोरीयल टोटल ट्रेसी रेट किन्ना जी पाबाब का सैवनटी फाइव पॉइंट एट फोर चनाब का पुराना नाम की है जी असी कि नहीं ईशियट नेम नैक्सट है जी अपने को फोर्टी नाइन क्वेश्चन वैन डिड ईस्ट इंडिया कंपनी एंड नैक्सट पंजाब ਈਸ ਇੰਡੀਆ ਕੰਪਨੀ ਨੇ ਪੰਜਾਬ ਨੂੰ ਕਦੋਂ ਕਬਜ਼ੇ ਵਿੱਚ ਲਿਆ ਜਾਂ ਕਬਜ਼ਾ ਕੀਤਾ 15th ਕੁਐਸਚਨ ਵਾਟ ਇਜ਼ ਦਾ ਫਰਸਟ ਪੰਜਾਬੀ ਨੋਵਲਿਸ ਹੂ ਇਜ਼ ਦਾ ਫਰਸਟ ਪੰਜਾਬੀ ਨੋਵਲਿਸ ਟੂ ਗੈਟ ਜਨਪੀਤ ਅਵਾਰਡ ਪੰਜਾਬ ਦਾ ਪਹਿਲਾ ਨੋਵਲਿਸ ਕਿਹੜਾ ਸੀ ਜਿਸ ਨੂੰ ਜਨਪੀਤ ਅਵਾਰਡ ਦਿੱਤਾ ਗਿਆ ਹੂ ਇਜ਼ ਕਨਸੀਡਰਡ ਟੂ ਬੀ ਪਾਇਨੀਅਰ ਆਫ ਪੰਜਾਬੀ ਲਿਟਰੇਚਰ ਟਰੈਡੀਸ਼ਨ ਕਿਹੜਾ ਇਹੋ ਜਿਹਾ ਪਰਸਨ ਹੈ ਜਿਸ ਨੇ ਪੰਜਾਬੀ ਲਿਟਰੇਚਰ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ नैक्सट इजाबी लैंगुएज इज़ कंसीडर टू बी द सक्सेसर ऑफ विच लैंगुएजा जी भाषा है वो कि भाषा तो बनी है रिपीटेड क्वेश्चन है जी वैन वॉज एस जी पी सी श्रोमणी गुरुद्वारा प्रबंधक कमेटी एसटैबलिश इन वैन वॉज द ट्रीटी ऑफ अमृतसर हेल्ड ठीक है जी एक क्वेश्चनस ने आंसर देने की कोशिश करो फोर्टी नाइनथ फिफ्टी फिफ्टी वन फिफ्टी टू फिफ्टी थ्री एंड फिफ्ट फोर नंबर लिखो और आंसर दो इन ठीक है पहला जी अपने को ईस्ट इंडिया कंपनी ने कदों अटैक किया या कब्जा किया पाबाब से दूजा जी किी नॉवल्स ने जिन्हों जनपिता अवार्ड देते गए फॉर द वेरी फर्स्ट टाइम बाइनेर ऑफ पंजाबी लिटरेचर किसको कहा जाता है पंजाबी भाषा कीड़ी भाषा तो बनी है एसजीपीसी कबो स्थापित हुई और ट्रीटी ऑफ अमृतसर कबो हुई तो क्वेश्चंस दे आंसर जानने की कोशिश करेंगे अपन पहला है जी 2 अप्रैल 1849 सो ईस्ट इंडिया कंपनी ने पंजाब को कब्जे में कर लिया सी किड़े ईस ईयर दे, दे विच 2 अप्रैल 1849 नेक्स्ट इज हु इज द फर्स्ट पंजाबी नॉवेलिस्ट टू गेट जनपिता अवार्ड जीनु अपन ज्ञानपीठ अवार्ड कहने है और वो कहड़े गुरदयाल सिंह अक्सर एक एग्जाम में पूछा जाता है फर्स्ट पंजाबी नॉवलिस टू गैट जनपीत वॉर्ड या ज्ञानपीठ अवॉड वो है जी गुरदयाल सिंह उज कंसीडर टू बी द पायनर ऑफ पंजाबी लिटरेचर ट्रडिशन आंसर होएगा जी शेख फरीद जिन्हों पूरा नाम है जी फिरुद्दीन ग शंकर ठीक है जी फिरुद्दीन गंजशंकर जी पायनर ऑफ पंजाबी लिटरेचर नैक्सट इज़ा लैंगेज इज़ कंसीडर टू बी द सक्सेसर ऑफ विच लैंग्एज आंसर की होएगा जी शौरा सैनी प्रकृत यह कि मैं ऑलरेडी बढ़ा चुका SGPC ਕਦੋਂ ਸਥਾਪਿਤ ਹੋਈ ਉਹ ਹੀ ਜੀ 16 ਨਵੰਬਰ 1920 ਵਿੱਚ 16 ਨਵੰਬਰ 1920 ਵਿੱਚ ਨੈਕਸਟ ਆਪਣੇ ਕੋਲ ਵੈਨ ਵਾਸ ਅ ਟ੍ਰੀਟੀ ਆਫ ਅੰਮ੍ਰਿਤਸਰ ਹੈਲਡ ਅੰਮ੍ਰਿਤਸਰ ਦੀ ਜਿਹੜੀ ਸੰਧੀ ਸੀ ਉਹ ਕਦੋਂ ਹੋਈ ਸੀ ਉਹ ਹੀ ਸੀ ਜੀ ਦ ਟ੍ਰੀਟੀ ਆਫ ਅੰਮ੍ਰਿਤਸਰ ਵਾਸ ਹੈਲਡ on 1809 1809 ਦੇ ਵਿੱਚ ਹੋਈ ਸੀ ਐਂਡ ਇਟ ਵਾਸ ਅਗਰੀਮੈਂਟ ਬੀਟਵੀਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ اور ਈਸਟ ਇੰਡੀਆ ਕੰਪਨੀ ਦੇ ਵਿੱਚ ਇੱਕ ਅਗਰੀਮੈਂਟ ਸੀ ਜਿਸ ਨੂੰ ਆਪਾਂ ਕਹਿੰਦੇ ਟਰੀਟੀ ਆਫ ਫਰਮਿਸਰ 1809 ਦੇ ਵਿੱਚ ਹੋਈ ਤਾਂ ਇਥੇ ਕਿਹੜੇ ਕੁਐਸਚਨਸ ਪੜੀ ਈਸਟ ਇੰਡੀਆ ਕੰਪਨੀ ਨੇ ਕਦੋਂ ਟੈਕ ਕੀਤਾ 2 ਅਪ੍ਰੈਲ 1849 ਪੰਜਾਬੀ ਨੌਬਲਿਸ ਟੂ ਗੈਟ ਜਨਪੀਥ ਵਰਡ ਗੁਰਦੇਵਾਲ ਸਿੰਘ ਪਾਇਨियर ਆਫ ਪੰਜਾਬੀ ਲਿਟਰੇਚਰ ਕਿਹਨੂੰ ਕਿਹਾ ਜਾਂਦਾ ਸ਼ੇਖ ਫਰੀਦ ਨੂੰ ਪੰਜਾਬੀ ਭਾਸ਼ਾ ਕਿਹੜੀ ਲੈਂਗੁਏਜ ਤੋਂ ਬਣੀ ਹੈ ਸ਼ ਟਰੀਟੀ ਆਫ ਹਮਲੇ ਸਰ ਕਦ ਹੋਈ 1809 ਦੇ ਵਿੱਚ ਕਿਹਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਨੈਕਸਟ ਬਾਤ ਇੰਸ 55th ਕੁਐਸਚਨ ਵੈਨ ਵਾਸ ਦਾ ਪੰਜਾਬ ਐਂਡ ਪੈਪਸੂ ਮਰਜ ਪੰਜਾਬ ਬਰ ਪੈਪਸੂ ਕਦੋਂ ਮਰਜ ਹੋਇਆ ਆਪਕੋ ਸੁਮਿਲਿਆ ਵੈਨ ਵਾਸ ਦਾ ਯੂਜ਼ ਆਫ ਪੰਜਾਬ ਵੀ ਮੇਡ ਕੰਪਲਸਰੀ ਪੰਜਾਬੀ ਭਾਸ਼ਾ ਨੂੰ ਕਦੋਂ ਕੰਪਲਸਰੀ ਕਰ ਦਿੱਤਾ ਗਿਆ ਵਟ ਇਜ਼ ਦਾ 올ਡ ਨੇਮ ਆਫ ਪੰਜਾਬ ਇਨ ਗ੍ਰੀਕ ਲੈਂਗੁਏਜ ਗ੍ਰੀਕ ਭਾਸ਼ਾ ਵਿੱਚ ਪੰਜਾਬ ਦਾ ਪੁਰਾਣਾ ਨਾਮ ਕੀ ਹੈ ਹੂਜ਼ ਦਾ ਕਰੰਟ ਗਵਰਨਰ ਆਫ ਪੰਜਾਬ 2022 ਦੇ ਵਿੱਚ ਪੰਜਾਬ ਦੇ ਗਵਰਨਰ ਕੌਣ ਨੇ ਵੇਅਰ ਵਾਸ ਦਾ ਕੰ ਇੰਡੀਆ ਦਾ ਪਹਿਲਾ ਸੋਲਰ ਪਾਵਰ ਪਲਾਂਟ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਵਿੱਚ ਲਾਇਆ ਗਿਆ? The land of five rivers Punjab was named in Puranas as dash. ਪੰਜਾਬ ਦਾ ਜਿਹੜਾ ਨਾਮ ਹੈ ਪੰਜ ਰਿਵਰ ਦੇ ਉੱਪਰ ਪਿਆ ਪੁਰਾਣਸ ਦੇ ਵਿੱਚ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? 55 56 57 58 59 ਐਂਡ 60 ਕੁਐਸ਼ਚਨਸ ਨੇ ਨੰਬਰ ਲਿਖੋ ਔਰ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਪਹਿਲਾ ਜੀ ਆਪਣੇ ਕੋਲ ਪੰਜਾਬ ਐਂਡ ਪੈਪਸ ਕਦੋਂ ਮਰਜ ਹੋਇਆ? ਦੂਜਾ ਜੀ ਪੰਜਾਬ ਨੂੰ ਕਦੋਂ ਕੰਪਲਸਰੀ ਐਜ਼ ਅ ਲੈਂਗੁਏਜ ਡਿਕਲੇਅਰ ਕੀਤਾ ਗਿਆ? ਪੰਜਾਬ ਦਾ ਗ੍ਰੀਕ ਲੈਂਗੁਏਜ ਵਿੱਚ ਕੀ ਨਾਮ ਹੈ ਜੀ? ਪੰਜਾਬ ਦੇ ਗਵਰਨਰ ਕੌਣ ਨੇ ਮੌਜੂਦਾ ਸੋਲਰ ਫਸਟ ਸੋਲਰ ਪਾਵਰ ਪਲਾਂਟ ਕਿੱਥੇ ਕਮਿਸ਼ਨ ਹੋਇਆ ਜਾਂ ਕਿੱਥੇ ਲਾਇਆ ਗਿਆ ਦ ਲੈਂਡ ਆਫ ਫਾਈਵ ਰਿਵਰਸ ਆਫ ਪੰਜਾਬ ਵਾਸ ਨੇਮਡ ਇਨ ਪੁਰਾਣਾਸ ਐਸ ਡੈਸ਼ ਇਹਨਾਂ ਦੇ ਆਨਸਰ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਾਂ 55 56 57 58 ਐਂਡ 59 ਐਂਡ 60 ਦੇ ਉਹ ਜਿਹੜਾ ਏਰੀਆ ਤੁਹਾਡੇ ਸਾਹਮਣੇ ਆਨਸਰ ਪਹਿਲਾ ਜੀ 1 ਨਵੰਬਰ 1956 ਜਿਹੜਾ ਹੈ ਈਅਰ ਜਿਹਦੇ ਵਿੱਚ ਪੈਪਸੂ ਔਰ ਪੰਜਾਬ ਮਿਕਸ ਹੋ ਗਏ ਸੀ ਠੀਕ ਹੈ ਪੈਪਸੂ ਵਿੱਚ ਕਿਹੜੇ ਕਿਹੜੇ ਆਪਣੇ ਏਰੀਆ ਆਉਂਦੇ ਸੀ ਆਉਂਦਾ ਸੀ ਪਟਿਆਲਾ ਨਾਬਾ ਮਲੇਰਕੋਡਲਾ ਜੇਂਦ ਕਪੂਤਲਾ ਫਰੀਦਕੋਟ ਨਾਲਗੜ੍ਹ ਐਂਡ ਕਲਸੀਆ ਠੀਕ ਹੈ ਤਾਂ ਟੋਟਲ 8 ਪਲੇਸਸ ਨੇ ਜਿਹੜੀਆਂ ਆਉਂਦੀਆਂ ਸੀ ਪੈਪਸੂ ਦੇ ਵਿੱਚ ਕਿਹੜੀ ਕਿਹੜੀ ਹੈ ਜੀ ਪਟਿਆਲਾ ਨਾਬਾ ਮਲੇਰਕੋਡਲਾ ਜੇਂਦ ਕਪੂਤਲਾ ਫਰੀਦਕੋਟ ਨਾਲਗੜ੍ਹ ਐਂਡ ਕਲਸੀਆ ਠੀਕ ਹੈ ਤਾਂ ਪੁੱਛਿਆ ਜਾਂਦਾ ਜੀ ਵਿਚ ਆਫ ਦਾ ਫੋਲੋਇੰਗ ਪਲੇਸਸ ਵਰ ਦਾ ਪਾਰਟ ਆਫ ਪੈਪਸੂ ਠੀਕ ਹੈ ਤਾਂ ਇਹ ਪੁੱਛਿਆ ਜਾਂਦਾ ਏ ਦੇ ਆਨਸਰ ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰਕੇ ਉੱਥੇ ਦੇਣਾ ਹੋਵੇਗਾ ਨੈਕਸਟ ਇਜ਼ ਵੈਨ ਵਾਸ ਦਾ ਯੂਜ਼ ਆਫ ਪੰਜਾਬੀ ਮੇਲ ਕੰਪਲਸਰੀ ਕ ਵਾਟ ਇਜ਼ ਦਾ 올ਡ ਨੇਮ ਆਫ ਪੰਜਾਬ ਇਨ ਗ੍ਰੀਕ ਲੈਂਗੁਏਜ ਉਹ ਹੈ ਜੀ ਪੈਂਟਾਪਟੋਮੀਆ ਗ੍ਰੀਕ ਭਾਸ਼ਾ ਵਿੱਚ ਪੰਜਾਬ ਦਾ ਕੀ ਨਾਮ ਹੈ ਜੀ ਪੈਂਟਾਪਟੋਮੀਆ ਹੂ ਇਜ਼ ਦਾ ਕਰੰਟ ਗਵਰਨਰ ਆਫ ਪੰਜਾਬ ਪੰਜਾਬ ਦੇ ਕਰੰਟ ਗਵਰਨਰ ਕੌਣ ਨੇ ਜੀ ਬਨਵਾਰੀ ਲਾਲ ਪ੍ਰੋਹਿਤ ਕੌਣ ਨੇ ਜੀ ਬਨਵਾਰੀ ਲਾਲ ਪ੍ਰੋਹਿਤ ਵੇਅਰ ਵਾਸ ਦਾ ਕੰਟਰੀਜ਼ ਫਰਸਟ ਸੋਲਰ ਪਾਵਰ ਪਲਾਂਟ ਕਮਿਸ਼ਨ ਉਹ ਕਿਤੇ ਕਮਿਸ਼ਨ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਵਿੱਚ ਦਾ ਲੈਂਡ ਆਫ ਫਾਈਵ ਰਿਵਰਸ ਪੰਜਾਬ ਵਾਸ ਨੇਮਡ ਇਨ ਪੁਰਾਨਸ ਐਸ ਕੀ ਕਹਿ ਜਾਂਦਾ ਜੀ ਪੰਚਨੰਦਾ ਇਹ ਕਿਆ ਜਾਂਦਾ ਪੰਚਨਦਾ ਪੁਰਾਣਾ ਦੇ ਹਿਸਾਬ ਨਾਲ ਪੰਚਨਦਾ ਕਿਆ ਜਾਂਦਾ ਪੰਜਾਬ ਨੂੰ ਤਾਂ ਕਿਹੜੇ ਕੁਐਸਚਨ ਪੜ੍ਹੇ ਪੈਪਸੂ ਤੇ ਪੰਜਾਬ ਕਦੋਂ ਮਰਜ ਹੋਈ 1 ਨਵੰਬਰ 1956 ਵਿੱਚ ਪੰਜਾਬੀ ਨੂੰ ਕਦੋਂ ਕੰਪਲਸਰੀ ਕਰ ਦਿੱਤਾ ਗਿਆ 1992 ਦੇ ਵਿੱਚ ਗ੍ਰੀਕ ਲੈਂਗੁਏਜ ਪੰਜਾਬ ਦਾ ਕੀ ਨਾਮ ਹੈ ਜੀ ਪੈਂਟਾਪਟੋਮੀਆ ਪੰਜਾਬ ਦੇ ਨਵੇਂ ਗਵਰਨਰ ਕੌਣ ਨੇ ਜੀ ਬਨਵਾਰੀ ਲਾਲ ਪ੍ਰੋਹਿਤ ਔਰ ਇੰਡੀਆ ਦਾ ਪਹਿਲਾ ਸੋਲਰ ਪਾਵਰ ਪਲਾਂਟ ਪੰਜਾਬ ਵਿੱਚ ਕਿੱਥੇ ਲਾਇਆ ਗਿਆ ਅੰਮ੍ਰਿਤਸਰ ਵਿੱਚ ਔਰ ਜਿਹੜਾ ਪੰਜਾਬ ਦਾ ਨਾਮ ਹੈ ਪੁਰਾਣਾ ਅਸ ਦੇ ਅਕੋਰਡਿੰਗ ਕੀ ਹੈ ਜੀ ਪੰਚਨਦਾ ਨੈਕਸਟ ਹੈ ਜੀ 61st 62nd ਕੁਐਸਚਨਸ ਪੜਦੇ विच इज़ द स्टेट ट्री ऑफ पंजाब पंजाब की स्टेट ट्री की है स्टेट द स्टेट एनिमल ऑफ पंजाब इज डैश वट इज़ द ग्रीन ग्रीक नेम ऑफ रिवर रावी हू वॉज़ द कंटेंपरेरी रूलर ऑफ गुरु नानक एरा विच इज़ द लार्जस डिस्ट्रिक ऑफ पंजाब द टोटल नंबर ऑफ सीट्स ऑफ पंजाब इन लोकसभा इज़ डैश दहला क्वेश्चन है जीवे ट्री की है दूजा जी स्टेट एनिमल की है तीजा जी ग्रीक नाम की है रिवर रावी का चौथा जी गुरु नानक ਜੀ ਦੇ ਸਮੇਂ ਦੌਰਾਨ ਪੰਜਾਬ ਵਿੱਚ ਰੂਲਰ ਕਿਹੜਾ ਸੀ ਜਿਹੜਾ ਰੂਲ ਕਰ ਰਿਹਾ ਸੀ 5ਥ ਕੁਐਸਚਨ ਹੈ ਜੀ 65ਥ ਕੁਐਸਚਨ ਹੈ ਪੰਜਾਬ ਦਾ ਸਭ ਤੋਂ ਵੱਡਾ ਡਿਸਟ੍ਰਿਕਟ ਕਿਹੜਾ ਹੈ ਜੀ 66th ਹੈ ਜੀ ਟੋਟਲ ਸੀਟਸ ਕਿੰਨੇ ਨੇ ਪੰਜਾਬ ਦੀਆਂ ਲੋਕ ਸਭਾ ਦੇ ਵਿੱਚ ਤਾਂ ਇਹ ਕੁਐਸਚਨ ਹੈ ਜੀ ਆਨਸਰਸ ਨੰਬਰ ਪਾ ਕੇ ਦੇਣ ਦੀ ਕੋਸ਼ਿਸ਼ ਕਰੋ 61 62 63 ਐਂਡ 64 ਐਂਡ 65 ਐਂਡ 66 ਸਭ ਤੋਂ ਪਹਿਲਾਂ ਆਪਾਂ ਆਨਸਰ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ ਸਪੀਡ ਨਾਲ ਵਿਚ ਇਜ਼ ਅ ਸਟੇਟ 3 ਆਫ ਪੰਜਾਬ ਪੰਜਾਬ ਦੀ ਸਟੇਟ 3 ਕਿਹੜੀ ਹੈ ਉਹ ਹੈ ਜੀ ਸ਼ੀਸ਼ਮ ਜਿਸ ਨੂੰ ਆਪਾਂ ਟਾਲੀ ਕਹਿੰਦੇ ਹਾਂ ਠੀਕ ਹੈ ਔਰ ਇਹਦਾ ਬਾਇਓਲੋਜੀਕਲ ਸਾਇੰਟੀਫਿਕ ਨੇਮ ਹੈ ਜੀ ਇੰਡੀਅਨ ਰੋਜ਼ਵੁੱਡ ਤਾਂ ਤੁਹਾਨੂੰ ਕੁਐਸਚਨ ਵਿੱਚ ਇੰਡੀਅਨ ਰੋਜ਼ਵੁੱਡ ਆ ਜਾਏ ਤਾਂ ਹੀ ਸਿਲੈਕਟ ਕਰਨਾ ਹੋਵੇਗਾ ਸਟੇਟ ਟ੍ਰੀ ਕੀ ਹੈ ਜੀ ਸ਼ੀਸ਼ਮ ਜਿਸ ਨੂੰ ਪੰਜਾਬੀ ਵਿੱਚ ਆਪਾਂ ਟਾਲੀ ਕਹਿੰਦੇ ਹਾਂ ਠੀਕ ਹੈ ਨੈਕਸਟ ਇਜ਼ ਸਟੇਟ ਐਨੀਮਲ ਆਫ ਪੰਜਾਬ ਕੀ ਹੈ ਜੀ ਪੰਜਾਬ ਦਾ ਸਟੇਟ ਐਨੀਮਲ ਉਹ ਹੈ ਜੀ ਬਲੈਕਬੱਕ ਜਿਸ ਨੂੰ ਆਪਾਂ ਕਾਲਾ ਹਿਰਨ ਕਹਿੰਦੇ ਹਾਂ ਠੀਕ ਹੈ ਤਾਂ ਇਸ ਨੂੰ ਸਾਇੰਟੀਫਿਕ ਨੇਮ ਦੇ ਨਾਮ ਨਾਲ ਨਾ ਜਾਣਿਆ ਜਾਂਦਾ ਐਂਟਿਲੋਪ ਕੈਰਵੀ ਕੈਪਰਾ ਕੀ ਕਿਹਾ ਜਾਂਦਾ ਜੀ ਐਂਟਿਲੋਪ ਕੈ वट इज़ द ग्रीक नेम ऑफ रिवर रावी वह है जी परूसनी की क्या जाता है जी परूसनी नैक्सट इज़ हुज़ द कंटेंपरे रूलर ऑफ गुरु नानकस एरा एरा मीनस समा वो कौन सी जी बाबर वह समय कौन रूल कर रहे पंजाब बाबर विच इज़ द लार्जस डिस्ट्रिक्ट ऑफ पंजाब वो है जी लुधियाना बाय एरिया एंड बाय पापुलेशन चाहे पापुलेशन हो चाहे एरिया वाइज पूछे जाए लार्जस डिस्ट्रिक्ट कहड़ा जी लुधियाना द टोटल नंबर ऑफ सीट्स ऑफ पाब इन लोग सभा इज डैश किनिया ने जी लोग सभा सटा वो हैं जी तरह विधानसभा की टोटल एक सौ सतारह ने राज्यसभा की सत्त ने और लोग सभा की किनिया ने तरह तो किश्चन पढ़े पाबाब का स्टेट भी की है जी शीशम टाली जिसको आप इंडियन रोजवुड भी कहने स्टेट एनीमल कि ब्लैक बक जिसमें आप काला हीर कहने और एंटीलॉप कैरी कैरवी कैपरा के नाम ना नाया जाता है सैंटिफिकली ग्रीक नेम रिवर रावी का की है जी प्रूसनी रूलर कौन सी गुरु नानक एरा समय बाबर लार्जस डिस्ट्रिक्ट एरिया वाइज एंड पॉपुलेशन वाइज़ कि लुधियाना ਟੋਟਲ ਨੰਬਰ ਆਫ ਸੀਟਸ ਲੋਕ ਸਭਾ ਦੇ ਕਿੰਨੀਆਂ ਹੈ ਜੀ 13 ਵਿਧਾਨ ਸਭਾ ਦੇ 117 ਰਾਜ ਸਭਾ 7 اور ਲੋਕ ਸਭਾ دی 13 ਨੈਕਸਟ ਇਜ਼ 67th ਕੁਐਸਚਨ ਦ ਟੋਟਲ ਪੋਪੂਲੇਸ਼ਨ ਡੈਂਸਿਟੀ ਆਫ ਪੰਜਾਬ ਇਜ਼ ਡੈਸ਼ 68th ਕੁਐਸਚਨ ਹੂ ਵਾਸ ਦ ਫਰਸਟ ਚੀਫ ਮਿਨਿਸਟਰ ਆਫ ਪੰਜਾਬ ਨੈਕਸਟ ਹੂ ਰੋਟ ਹੀਰਾਂਜਾ ਨੈਕਸਟ ਦ ਓਨਲੀ ਸਟਾਕ ਐਕਸਚੇਂਜ ਆਫ ਪੰਜਾਬ ਇਜ਼ ਲੋਕੇਟਿਡ ਇਨ ਵਿਚ ਸਿਟੀ ਨੈਕਸਟ ਹੂ ਇਜ਼ ਕਾਲਡ ਐਸ ਨਾਈਟਿੰਗਲ ਆਫ ਪੰਜਾਬ 72nd ਕੁਐਸਚਨ ਨੈਸ਼ਨਲ ਮਾਰਟirs ਮੈਮੋਰੀਅਲ ਇਜ਼ ਸਿਚੁਏਟਿਡ ਐਟ ਵਿਚ ਪਲੇਸ ਆਫ ਪੰਜਾਬ ਤੇ ਇਹ ਕੁਐਸਚਨਸ ਨੇ ਜੀ ਨੰਬਰ ਪਾ ਕੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਪਹਿਲਾ ਜੀ ਟੋਟਲ ਪਾਪੂਲੇਸ਼ਨ ਡੈਨਸਿਟੀ ਕਿੰਨੀ ਹੈ ਪੰਜਾਬ ਦੇ ਵਿੱਚ ਦੂਜਾ ਜੀ ਫਰਸਟ ਵੀ ਮਿਨਿਸਟਰ ਕੌਣ ਸੀ ਪੰਜਾਬ ਦੇ 69th ਹੀਰਾਂਜਾ ਕਿਸ ਦੇ ਦੁਆਰਾ ਜਿਹੜੀ ਪਪੂਲਰ ਹੀਰਾਂਜਾ ਓਕੇਸ ਦੇ ਦੁਆਰਾ ਲਿਖੀ ਗਈ ਵੈਸੇ ਤਾਂ ਬਹੁਤ ਰਾਈਟਰਸ ਨੇ ਸਟਾਕ ਐਕਸਚੇਂਜ ਪੰਜਾਬ ਦੇ ਕਿੱਥੇ ਹੈ ਜੀ ਨਾਈਟਿੰਗਲ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਨੈਸ਼ਨਲ ਮੈਮੋਰੀਅਲ ਕੇਡੀ ਜਗਾਹ ਤੇ ਐਗਜ਼ਿਸਟ ਕਰਦਾ ਹੈ ਪੰਜਾਬ ਦੇ ਵਿੱਚ ਇਹ ਜੀ ਕੁਐਸਚਨਸ ਨੇ ਨੰਬਰ ਪਾ ਕੇ ਆਨਸਰ ਦੇਣ ਦੀ ਕੋਸ਼ਿਸ਼ ਕਰੋ 67 68 69 70 71 ਐਂਡ 72 ਸਪੀਡ ਆਪ ਆਪਾ ਕਰਦੇ ਆ ਜੀ ਅਨਸਰ ਦੇਖਣ ਦੀ ਕੋਸ਼ਿਸ਼ ਕਰਦੇ ਆ ਪਹਿਲਾ ਜੀ ਦਾ ਟੋਟਲ ਪਾਪੂਲੇਸ਼ਨ ਡੈਨਸਿਟੀ ਆ ਪੰਜਾਬ ਇਸ ਡੈਸ਼ ਉਹ ਕਿੰਨੀ ਹੈ ਜੀ ਉਹ ਹੈਗਾ ਜੀ 551 ਪਰ ਸਕੁਅਰ ਕਿਲੋਮੀਟਰ ਪਰ ਸਕੁਅਰ ਕਿਲੋਮੀਟਰ ਵਿੱਚ 551 ਲੋਕ ਰਹਿੰਦੇ ਨੇ ਠੀਕ ਹੈ ਜੀ ਇੰਨੀ ਹੈ ਜੀ ਟੋਟਲ ਪੋਪੂਲੇਸ਼ਨ ਡੈنسਿਟੀ ਪੰਜਾਬ ਦੀ ਹੂ ਵਾਸ ਦਾ ਫਰਸਟ Chief Minister ਆਫ ਪੰਜਾਬ ਕੌਣ ਸੀ ਜੀ ਗੋਪੀ ਚੰਦ ਭਾਰਗਵਾ ਕੌਣ ਸੀ ਜੀ ਗੋਪੀ ਚੰਦ ਭਾਰਗਵਾ ਹੂ ਡੋਟ ਹੀ ਰਾਂਝਾ ਹੀ ਰਾਂਝਾ ਕਿਸ ਦੇ ਦੁਆਰਾ ਲਿਖੇ ਗਿਆ ਜਿਹੜੀ ਪਪੂਲਰ ਵਾਰਿਸਾ ਦੁਆਰਾ ਇਨ ਦਾ ਈਅਰ 1766 ਦੇ ਵਿੱਚ ਨੈਕਸਟ ਦ ਓਨਲੀ ਸਟਾਕ ਐਕਸਚੇਂਜ ਆਫ ਪੰਜਾਬ ਇਜ਼ ਲੋਕੇਟਿਡ ਇਨ ਵਿਚ ਸਿਟੀ ਕਿੱਥੇ ਲੋਕੇਟ ਕਰਦੀ ਹੈ ਜੀ ਉਹ ਕਰਦੀ ਜੀ ਲੁਧਿਆਣਾ ਦੇ ਵਿੱਚ ਨੈਕਸਟ ਇਜ਼ ਹੂ ਇਜ਼ ਕਾਲਡ ਐਸ ਨਾਈਟਿੰਗਲ ਆਫ ਪੰਜਾਬ ਨਾਈਟਿੰਗਲ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਜੀ ਪੰਜਾਬ ਦੀ ਕੋਇਲ ਓਕੇ ਹੈ ਜੀ ਸੁਰਿੰਦਰ ਕੌਰ ਨੂੰ ਨੈਸ਼ਨਲ ਮਾਰਟirs ਮੈਮੋਰੀਅਲ ਇਸ ਸੋਟੇਡ ਐਟ ਵਿਚ ਪਲੇਸ ਆਫ ਪੰਜਾਬ ਓ ਕਿਥੇ ਹੈ ਜੀ ਉਹ ਹੈਗਾ ਜੀ ਦੈਟ ਇਜ਼ ਹੁਸੈਨ ਵਾਲਾ ਵਿਲੇਜ ਉਹ ਹੈ ਜੀ ਫਿਰੋਜ਼ਪੁਰ ਸਿਟੀ ਵਿੱਚ ਠੀਕ ਹੈ ਨੈਸ਼ਨਲ ਮਾਰਟirs ਮੈਮੋਰੀਅਲ ਜਿਹੜਾ ਉਹ ਕਿਹੜੀ ਜਗ੍ਹਾ ਹੈ ਜੀ ਹੁਸਨੇ ਵਾਲਾ ਵਿਲੇਜ ਹੈ ਜੀ ਕਿਹੜੀ ਜਗ੍ਹਾ ਵਿੱਚ ਫਿਰੋਜ਼ਪੁਰ ਸਿਟੀ ਵਿੱਚ ਇਹ ਕੁਐਸਚਨਸ ਕਿਹੜੇ ਆਪਾਂ ਪੜੇ ਪਹਿਲਾ ਟੋਟਲ ਪੋਪੂਲੇਸ਼ਨ ਡੈਨਸਿਟੀ ਕਿੰਨੀ ਹੈ ਜੀ 551 ਪਰ ਸਕੁਅਰ ਕਿਲੋਮੀਟਰ ਦੂਸਰੀ ਹੈ ਜੀ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਕੌਣ ਸੀ ਗੋਪੀ ਚੰਦ ਭਾਰਗਵਾ ਹੀਰਾਜਾ ਕੇਸ ਦੇ ਦੌਰ ਲਿਖੀ ਗਈ ਵਾਰਿਸਾ 1766 ਦੇ ਵਿੱਚ ਪੰਜਾਬ ਦੀ ਸਟਾਕ ਐਕਸਚੇਂਜ ਕਿੱਥੇ ਹੈ ਜੀ ਲੁਧਿਆਣਾ ਦੇ ਵਿੱਚ ਨਾਈਟਿੰਗਲ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਸੁਰਿੰਦਰ ਕੌਰ ਦੇ ਵਿੱਚ ਨੈਸ਼ਨਲ ਮਾਰਟਾਇਰਸ ਮੈਮੋਰੀਅਲ ਕਿੱਥੇ ਹੈ ਜੀ ਹੁਸਨੇਵਾਲਾ ਵਿਲੇਜ ਵਿੱਚ ਫਿਰੋਜ਼ਪੁਰ ਸਿਟੀ ਦੇ ਵਿੱਚ ਨੈਕਸਟ ਆਪਣੇ ਕੋਲ 73rd ਦ ਇੰਸ਼ੋਰੈਂਸ ਸਕੀਮ ਆਫ ਪੰਜਾਬ ਗਵਰਨਮੈਂਟ ਫਾਰ ਦਾ ਪੂਰ ਪੀਪਲ ਇਜ਼ ਨੇਮਡ ਆਫਟਰ ਵਿਚ ਪਰਸਨ ਪੰਜਾਬ ਦੇ ਵਿੱਚ ਇੱਕ ਇੰਸ਼ੋਰੈਂਸ ਸਕੀਮ ਚੱਲਦੀ ਹੈ ਉਹ ਕਿਸ ਦੇ ਨਾਮ ਤੇ ਉੱਪਰ ਆਧਾਰਿਤ ਹੈ ਨੈਕਸਟ Which city was founded by Guru Nanak Dev Ji? Guru Nanak Dev Ji dwara kedi city sthapit kiti gayi? Who started the Saban system? Saban system kis raja, Guru de dwara shuru kita gaya? Next is which Guru was called as Bhai Lehna? Bhai Lehna kis Guru nu no kaha gaya? Which Sikh revolution started Gadar movement? Kede Sikh krantikari ne Gadar movement shuru kiti? Who was the youngest son of Maharaja Ranjit Singh? Youngest son ਕੌਣ ਸੀ ਮਹਾਰਾਜਾ ਰਣਜੀਤ ਸਿੰਘ ਦੇ ਨੇ ਇਹ ਨੇ ਜੀ ਕੁਐਸਚਨ 73 74 75 76 77 ਐਂਡ 78 ਨੰਬਰ ਬਾਕੇ ਆਨਸਰ ਦੇਣ ਦੀ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ ਪਹਿਲਾ ਜੀ ਇੰਸ਼ੋਰੈਂਸ ਸਕੀਮ ਦਾ ਨਾਮ ਕੀ ਹੈ ਕੀ ਦੇ ਨਾਮ ਦੇ ਉੱਪਰ ਰੱਖੀ ਗਈ ਹੈ ਜੀ ਦੂਜਾ ਜੀ ਗੁਰਨਾਨਕ ਦੇਵ ਜੀ ਦੁਆਰਾ ਕਿਹੜੀ ਸਥਿਤੀ ਸਥਾਪਿਤ ਕੀਤੀ ਗਈ ਸੀ 10ਵਾਂ ਸਿਸਟਮ ਕਿਸ ਗੁਰੂ ਸਾਹਿਬਾਨ ਦੇ ਦੁਆਰਾ ਸ਼ੁਰੂ ਕੀਤਾ ਗਿਆ ਪਾਈ ਲੈਣਾ ਕਿਹੜੇ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਹੈ ਗਦਰ ਮੂਵਮੈਂਟ ਕਿਸ ਰੈਵੋਲੂশনারੀ ਨੇ ਸ਼ੁਰੂ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਯੰਗਸਟ ਆਨ ਦਾ ਕੀ ਨਾਮ ਸੀ ਠੀਕ ਹੈ ਇਹ ਤਾਂ ਇੱਕ ਕੁਐਸਚਨ ਸੀ ਜਲਦੀ ਜਲਦੀ ਆਪਾਂ ਸੋ ਚੈੱਕ ਕਰਾਂਗੇ ਪਹਿਲਾ ਹੈ ਜੀ ਭਗਤ ਪੂਰਨ ਸਿੰਘ ਠੀਕ ਹੈ ਭਗਤ ਪੂਰਨ ਸਿੰਘ ਪੈਨਸ਼ਨ ਸਕੀਮ ਚਲਦੀ ਜੀ ਪੰਜਾਬ ਦੇ ਵਿੱਚ ਭਗਤ ਪੂਰਨ ਸਿੰਘ ਕੌਣ ਸੀ ਇਹ ਉਹ ਪਰਸਨ ਸੀ ਜਿਨ੍ਹਾਂ ਨੇ ਪਿੰਗਲਵਾੜਾ ਨੂੰ ਸਥਾਪਿਤ ਕੀਤਾ ਸੀ 1947 ਦੇ ਵਿੱਚ ਠੀਕ ਹੈ ਜੀ ਨੈਕਸਟ ਇਜ਼ which city was founded by guru nanak dev ji ਉਹ ਕਿਹੜੀ ਹੈ ਜੀ ਕਰਤਾਰਪੁਰ ਨੈਕਸਟ which guru started the swa system ਉਹ ਕਿਸ ਦੇ ਦੁਆਰਾ ਸ਼ੁਰੂ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਦਸਵੰਦ ਕੀ ਸੀਗਾ ਗਿਵਿੰਗ 1/10th ਆਫ ਦਾ ਇਨਕਮ ਫਾਰ ਚੈਰਿਟੀ ਆਪਣੀ ਇਨਕਮ ਦਾ ਦਸਵਾਂ ਹਿੱਸਾ ਚੈਰਿਟੀ ਲਈ ਦੇਣਾ ਕਿਹੜੇ ਗੁਰੂ ਸਾਹਿਬਾਂ ਦੇ ਦੁਆਰਾ ਸ਼ੁਰੂ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੈਕਸਟ ਵਿਚ ਗੁਰੂ ਵਾਸ ਆਲਸੋ ਕਾਲਡ ਪਾਈ ਲੈਣਾ ਉਹ ਕਿਹਨੂੰ ਕਿਹਾ ਜਾਂਦੇ ਗੁਰੂ ਅੰਗਦ ਦੇਵ ਜੀ ਨੂੰ ਵਿਚ ਸਿੱਖ ਰੈਵਲੂਸ਼ਨਰੀ ਸਟਾਰਟਡ ਗਦਰ ਮੂਵਮੈਂਟ ਉਹ ਕੀਤੀ ਗਈ ਜੇ ਸੋਨ ਸਿੰਘ ਬਖਣਾ 1913 ਦੇ ਵਿੱਚ ਨੈਕਸਟ ਹੂ ਵਾਸ ਦਾ ਯੰਗਸਟ ਸਨ ਆਫ ਮਹਾਰਾਜਾ ਰਣਜੀਤ ਸਿੰਘ ਉਹ ਸੀ ਜੀ दलीप सिंह क्वेश्चन पढ़े इंश्योरेंस स्कीम का नाम किस परसन के नाम थे है भगत पूरन सिंह की गुरु नानक देव जी द्वारा किसी सिटी की स्थापना की करतारपुर दसवंध सिस्टम कि शुरू किया गया गुरु अर्जन देव जी पाई लैना जी किसा गुरु अंगद देव जी गदर मूवमेंट किसने शुरू की सोह सोहन सिंह बकना उन्नीस सौ तेरह के महाराजा रणजीत सिंह यंगर सन के दिलप नैक्स क्वेश्चन आज अपने को सैवनटी नाइन थी कॉर वॉज द आर्किटेक्ट ऑफ चंडगढ़ वॉज बॉन फ्रॉम डैश एट क्वेश्चन इन विच ईयर द अमृतसर सिटी वॉज फाउंडेड 81st which ek guru ordered the wear the 5k symbols who wrote the novel pinjar 83rd ha ji the musical instrument played by mardana was 84th ha ji which command of indian army is responsible for the external security of indian india in the punjab region the 79th to like 84th the question hai ji e tusi answer thalle den di koshish karni hai pehla je lee karboza jinne chandigarh architect kita oh kehdi jagah to belong karta si dusra ji amritsar city kadon sthapit kiti gayi 81st ਹੈ ਜੀ ਕਿਹੜਾ ਸਿੱਖ ਗੁਰੂ ਹੈ ਜੀ ਜਿਨੇ ਪੰਜ ਕੇ ਸਿੰਬਲ ਦਿੱਤੇ 82nd ਕੁਐਸਚਨ ਹੈ ਜੀ ਪਿੰਜਰ ਨਾਵਲ ਕਿਸ ਦੇ ਦੁਆਰਾ ਲਿਖਿਆ ਗਿਆ 83rd ਹੈ ਜੀ ਮਦਾਨਾ ਜੀ ਦੁਆਰਾ ਕਿਹੜਾ 뮤지컬 ਇਨਸਟਰੂਮੈਂਟਲ ਬਜਾਇਆ ਜਾਂਦਾ ਸੀ 84th ਹੈ ਜੀ ਵਿਚ ਕਮਾਂਡ ਆਫ ਇੰਡੀਅਨ ਆਰਮੀ ਰਿਸਪੌਂਸਿਬਲ ਹੈ ਜਿਹੜੀ ਕਿ ਐਕਸਟਰਨਲ ਸਕਿਉਰਿਟੀ ਪੰਜਾਬ ਦੇ ਵਿੱਚ ਤਾਂ ਇਹ ਕੁਐਸਚਨ ਨੇ ਨੰਬਰ ਦੇਖ ਕੇ ਥੱਲੇ ਆਨਸਰ ਦੇਣ ਦੀ ਕੋਸ਼ਿਸ਼ ਕਰੋ 79 80 81 82 83 ਜਾਂ 84 ਇਹਨਾਂ ਵਿੱਚ ਸਭ ਤੋਂ ਪਹਿਲਾਂ ਆਪਾਂ 79 ਦੇ ਬਾਰੇ ਗੱਲ ਕਰਾਂਗੇ 79 ਦਾ ਆਨਸਰ ਆਏਗਾ ਜੀ ਔਰੇਗਾ ਜੀ ਫਰਾਂਸ ਸੋ ਲੀ ਕਾਰਬੋਜ਼ਰ ਜਿਨੇ ਚੰਡੀਗੜ੍ਹ ਨੂੰ ਡਿਜ਼ਾਈਨ ਕੀਤਾ ਹੈ ਉਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਸੀ ਫਰਾਂਸ ਨੈਕਸਟ ਇਨ ਵਿਚ ਇਅਰ ਦਾ ਅੰਮ੍ਰਿਤਸਰ ਸਿਟੀ ਵਾਸ ਫਾਊਂਡਡ ਇਹਦਾ ਆਨਸਰ ਆਏਗਾ ਜੀ 1574 ਅੰਮ੍ਰਿਤਸਰ ਸਿਟੀ ਵਾਸ ਫਾਊਂਡਡ ਬਾਈ ਗੁਰੂ ਰਾਮਦਾਸ ਜੀ 81st ਹੈ ਜੀ ਵਿਚ ਸਿਕ ਗੁਰੂ ਆਰਡਰਡ ਦਾ ਵੇਅਰ ਦਾ 5K ਸਿੰਬल्स ਉਹ ਜੀ ਗੁਰਗੋਬਿੰਦ ਸਿੰਘ ਜੀ ਨੇ 5K ਦਾ ਸਿੰਬਲ ਦਿੱਤਾ ਸੀ ਲਾਈਕ ਅੱਛਾ ਕਿਰਪਾਨ ਕੰਗਾ ਰਾਈਟ 82nd ਕੁਐਸਚਨ ਹੈ ਜੀ ਹੂ ਰੋਡ ਨੋਵਲ ਪਿੰਜਰ ਪਿੰਜਰ ਜਿਹੜਾ ਨੋਵਲ ਸੀ ਲਿਖਿਆ ਗਿਆ ਸੀ ਜੀ ਅਮ੍ਰਿਤਾ ਪ੍ਰੀਤਮ ਦੇ ਦੁਆਰਾ ਇਸ ਦੇ ਉੱਪਰ ਮੂਵੀ ਵੀ ਆਈ ਸੀ ਬਾਲੀਵੁੱਡ ਦੀ ਮੂਵੀ ਪਿੰਜਰ ਦਾ 뮤지컬 ਇਨਸਟਰੂਮੈਂਟ ਪਲੇਡ ਬਾਏ ਮਰਦਾਨਾ ਵਾਸ ਡੈਸ਼ ਕਿਹੜਾ ਇਨਸਟਰੂਮੈਂਟ ਵਜਾਇਆ ਜਾਂਦਾ ਸੀ ਮਰਦਾਨਾ ਦੁਆਰਾ ਉਹ ਸੀ ਜੀ ਰਬਾਬ 84th ਕੁਐਸਚਨ ਹੈ ਵਿਚ ਕਮਾਂਡ ਆਫ ਇੰਡੀਅਨ ਆਰਮੀ ਇਜ਼ ਰਿਸਪੌਂਸਿਬਲ ਫਾਰ ਦਾ ਐਕਸਟਰਨਲ ਸਕਿਉਰਿਟੀ ਆਫ ਇੰਡੀਆ ਇਨ ਪੰਜਾਬ ਰੀਜਨ ਕਿਹੜੀ ਇੰਡੀਅਨ ਆਰਮੀ ਜਾਂ ਕਿਹੜੀ ਕਮਾਂਡ ਰਿਸਪੌਂਸਿਬਲ ਹੈ ਪੰਜਾਬ ਦੇ ਵਿੱਚ ਇੰਟਰਨਲ ਐਕਸਟਰ ਵੈਸਟਰਨ ਕਮਾਂਡ ਤਾਂ ਕਿਹੜੇ ਕਿਹੜੇ ਕੁਐਸਚਨ ਪਾਟੇ ਲੀ ਕਾਰਬੂਜ਼ਰ ਕਿਹੜੀ ਕੰਟਰੀ ਤੋਂ ਬਿਲੋਂਗ ਫਰਾਂਸ ਅੰਮ੍ਰਿਤਸਰ ਸਿਟੀ ਕਦੋਂ ਸਥਾਪਿਤ ਹੋਈ 1574 ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕਿਹੜੇ ਗੁਰੂ ਸਾਹਿਬਾਨ ਨੇ ਪੰਜ ਕੇ ਦਾ ਸਿੰਬਲ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਨੋਵਲ ਪਿੰਜਰ ਨੋਵਲ ਕਿਸ ਦੇ ਦੁਆਰਾ ਲਿਖਿਆ ਗਿਆ ਅੰਮ੍ਰਿਤਾ ਪ੍ਰੀਤਮ ਦੇ ਦੁਆਰਾ ਮਰਦਾਨਾ ਜੀ ਦੁਆਰਾ ਕਿਹੜਾ ਮਿਊਜ਼ੀਕਲ ਇਨਸਟਰੂਮੈਂਟ ਵਜਾਇਆ ਗਿਆ ਰਬਾਬ ਔਰ ਕਿਹੜੀ ਕਮਾਂਡ ਰਿਸਪੋਨਸੀਬਲ ਇੰਡੀਅਨ ਆਰਮੀ ਦੀ ਹੋਏਗੀ ਜੀ ਵੈਸਟਰਨ ਕਮਾਂਡ ਨੈਕਸਟ ਹੈ ਜੀ ਆਪਣੇ ਕੋਲ 85th ਦਾ ਰੀਜਨ ਬਿਟਵੀਨ ਸਤਲੁਜ ਐਂਡ ਬਿਆਸ ਇਸ ਕਾਲਡ ਡੈਸ਼ 86 ਹੈ ਜੀ ਵਿਦ ਸਿੱਖ ਜਨਰਲ ਕੌਨਕੁਅਰ ਦਿੱਲੀ ਐਂਡ ਅਨਫੋਲਡ ਅਨਫੋਲਡ ਅਮਨ ਲਹਿਰਾਉਣਾ ਅਨਿਸ਼ਾਨ ਸਾਹਿਬ ਐਟ ਰੈੱਡ ਫੋਰਟ ਨੈਕਸਟ ਵਿਸ ਟਾਊਨ ਆਫ ਪੰਜਾਬ ਇਸ ਨੋਨ ਐਸ ਗੁਰੂ ਕੀ ਕਾਸ਼ੀ ਹਾਊ ਮੈਨੀ ਮਿਊਨਿਸਪਲ ਕਾਰਪੋਰੇਸ਼ਨ ਆਰ देयर ਇਨ ਪੰਜਾਬ 89 ਹੂ ਸੈਟ ਔਨ ਦਾ ਥਰੋਨ ਆਫ ਲਾਹੌਰ ਦਰਬਾਰ ਆਫਟਰ ਦਾ ਡੈਥ ਆਫ ਮਹਾਰਾਜਾ ਰਣਜੀਤ ਸਿੰਘ ਨੈਕਸਟ ਇਸ ਵੈਨ ਡਿਡ ਦਾ ਫਰਸਟ ਐਂਗਲੋ ਸਿੱਖ ਵਾਰ ਸਟਾਰਟਡ ਤਾਂ 85th ਲੈ ਕੇ 90 ਕੁਐਸਚਨ ਨੇ ਜੀ ਕੁਛ ਰਿਪੀਟਿਡ ਕੁਐਸਚਨ ਨੇ ਵੀ ਜਿਹੜੇ ਆਪ ਆਲਰੇਡੀ ਪੜ ਚੁੱਕੇ ਆ ਤਾਂ ਜਲਦੀ ਜਲਦੀ ਇਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੋ 85th ਕੁਐਸਚਨ ਹੈ ਜੀ ਸਤਲੁਜ ਔਰ ਬਿਆਸ ਦੇ ਬਿਟਵੀਨ ਜਿਹੜਾ ਹੈ ਰੀਜਨ ਨੂੰ ਕੀ ਕਹਿੰਦੇ ਨੇ ਨੈਕਸਟ ਹੈ ਜੀ ਕਿਸ ਸਿੱਖ ਜਨਰਲ ਨੇ ਦਿੱਲੀ ਨੂੰ ਕਨਕਰ ਕੀਤਾ ਸੀਗਾ ਜਿੱਤਿਆ ਸੀਗਾ ਔਰ ਨਿਸ਼ਾਨ ਸਾਹਿਬ ਲਹਿਰਾਇਆ ਸੀ ਰੈੱਡ ਫੋਰਟ ਦੇ ਵਿੱਚ ਗੁਰੂ ਕੀ ਕਾਸ਼ੀ ਕਿਹੜੀ Town ਨੂੰ ਕਿਹਾ ਜਾਂਦਾ ਜੀ ਪੰਜਾਬ ਦੇ ਵਿੱਚ ਕਿੰਨੀਆਂ ਮਿਊਨਿਸਪਲ ਕਾਰਪੋਰੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਲਾਹੌਰ ਦਰਬਾਰ ਦਾ ਰਾਜਾ ਕੌਣ ਬਣਿਆ ਫਰਸਟ ਸਿੱਖ ਐਂਗਲੋ ਸਿੱਖ ਵਾਰ ਕਦੋਂ ਹੋਈ 85 ਤੋ ਲੱਕੇ ਨੰਬਰ ਪਾ ਕੇ 90 ਤੱਕ ਜੋ ਵੀ ਇਹਦਾ ਆਨਸਰ ਤੁਹਾਡੇ ਅਕੋਰਡਿੰਗਲੀ ਬਣਦਾ ਹੈ ਦੇਣ ਦੀ ਕੋਸ਼ਿਸ਼ ਕਰੋ 85th ਹੈ ਜੀ ਸਤਲੁਜ ਐਂ ਬਿਆਸ ਦੀ ਰੀਜਨ ਨੂੰ ਕੀ ਕਹਿੰਦੇ ਨੇ ਜੀ ਕਿਹੜਾ ਸਿੱਖ ਜਨਰਲ ਸੀ ਜੀ ਨੇ ਦਿੱਲੀ ਦੇ ਉੱਪਰ ਦਿੱਲੀ ਨੂੰ ਜਿੱਤਿਆ ਔਰ ਨਿਸ਼ਾਨ ਸਾਹਿਬ ਲਹਿਰਾਇਆ ਲਾਲ ਕਿਲੇ ਦੇ ਵਿੱਚ ਗੁਰੂ ਕੀ ਕਾਸ਼ੀ ਕਿਸ ਨੂੰ ਕਿਹਾ ਜਾਂਦਾ ਹੈ ਟੋਟਲ ਮਿਨਿਸਪਲ ਕਾਰਪੋਰੇਸ਼ਨ ਕਿੰਨੀਆਂ ਨੇ ਜੀ ਲੋਹਾਰ ਦਰਬਾਰ ਦਾ ਰਾਜਾ ਕੌਣ ਬਣਿਆ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਫਰਸਟ ਐਂਗਲੋ ਸਿੱਖ ਵਾਰ ਕਦੋਂ ਹੋਈ ਤਾਂ ਇਹ ਸੀ ਜੀ ਕੁਐਸਚਨ ਸਪੀਡ ਆਪਾਂ ਕਰਦੇ ਆਂ ਫਟਾਫਟ ਆਨਸਰਸ ਚੈੱਕ ਕਰਾਂਗੇ ਇਹਨਾਂ ਦੇ ਪਹਿਲਾ ਹੈ ਜੀ ਦੋਆਬਾ ਸੋ ਜਿਹੜਾ ਏਰੀਆ ਹੈ ਸਤਲੁਜ ਰਿਵਰ ਔਰ ਬਿਆਸ ਦੇ ਵਿੱਚ ਹੈ ਉਸ ਨੂੰ ਆਪਾਂ ਕਹਿੰਦੇ ਆ ਦੋਆਬਾ ਦੋ ਮੀਨਸ ਦੋ ਆਮਿਸ ਵਾਟਰ ਸੋ ਦੋਆਬਾ ਮਤਲਬ ਦੋ ਪਾਣੀਆਂ ਦੇ ਵਿੱਚ ਜਿਹੜਾ ਜਗ੍ਹਾ ਹੈ ਉਸ ਨੂੰ ਕਹਿੰਨੇ ਆ ਆਪਾਂ ਦੋਆਬਾ ਸੋ ਸਤਲੁਜ ਔਰ ਬਿਆਸ ਦੇ ਏਰੀਆ ਨੂੰ ਜਿਹੜਾ ਵਿਚਲਾ ਏਰੀਆ ਉਸ ਨੂੰ ਕਹਿੰਨੇ ਆਪਾਂ ਦੋਆਬਾ ਵਿਸਿਕ ਚੈਨਲ ਕਾਨਕ੍ਰੀਟ ਡੈਲੀ ਐਂਡ ਅਨਫੋਲਡ ਨਿਸ਼ਾਨ ਸਾਇਬਰ ਟ੍ਰੈਡਫੋਰਟ ਉਹ ਕਿਸ ਨੇ ਲਰਾਇਆ ਸੀ ਭਾਈ ਪਗੇਲ ਸਿੰਘ ਕਿਨੇ ਭਾਈ ਪਗੇਲ ਸਿੰਘ ਦੇ ਦੁਆਰਾ ਵਿਚ ਟਾਊਨ ਆਫ ਪੰਜਾਬ ਬੇਸ ਨੋਨ ਐਸ ਗੁਰੂ ਕੀ ਕਾਸ਼ੀ ਉਹ ਕਿਸ ਨੂੰ ਕਿਹਾ ਜਾਂਦਾ ਜੀ ਤਲਵੰਡੀ ਸਾਬੋ ਜਿਹੜਾ ਕਿ ਬਠਿੰਡਾ ਦੇ ਵਿੱਚ ਪੈਂਦਾ ਹਾਊ ਮਨੀ ਮਿਊਨਿਸਪਲ ਕਾਰਪੋਰੇਸ਼ਨ ਆ ਦੇਰ ਇਨ ਪੰਜਾਬ ਟੋਟਲ ਕਿੰਨੀ ਮਿਊਨਿਸਪਲ ਕਾਰਪੋਰੇਸ਼ਨ ਨੇ ਪੰਜਾਬ ਦੇ ਵਿੱਚ ਉਹ ਹੈਗੀਆਂ ਜੀ 13 ਹੂ ਸੈਟ ਔਨ ਦਾ ਥਰੋਨ ਆਫ ਲਾਹੌਰ ਦਰਬਾਰ ਆਫਟਰ ਡੈਥ ਆਫ ਮਹਾਰਾਜਾ ਰਣਜੀਤ ਸਿੰਘ ਉਹ ਕੌਣ ਨੇ ਜੀ ਖੜਕ ਸਿੰਘ ਨੈਕਸਟ ਹੈ ਜੀ ਵੈਨ ਡਿਡ ਦਾ ਫਰਸਟ ਐਂਗਲੋ ਸਿੱਖ ਵਾਰ ਸਟਾਰਟਡ ਉਹ ਹੈ ਜੀ ਦਸੰਬਰ 1845 ਇਹ ਸੀ ਜੀ ਇਹਨਾਂ ਦੇ ਆਨਸਰ 85 ਦਾ ਆਨਸਰ ਹੈ ਜੀ ਦੁਆਬਾ ਕਿਹਾ ਜਾਂਦਾ ਉਸ ਏਰੀਆ ਨੂੰ ਕਿਹੜਾ ਸਿੱਖ ਜਰਨਲ ਸੀ ਜਿਨੇ ਦਿਲ ਨੂੰ ਜਿੱਤਿਆ ਔਰ ਨਿਸ਼ਾਨ ਸਾਹਿਬ ਲਹਿਰਾਇਆ ਭਾਈ ਪਗੇਲ ਸਿੰਘ ਗੁਰੂ ਕੀ ਕਾਸ਼ੀਕ੍ਰਿਸ਼ਨ ਕਿਹਾ ਜਾਂਦਾ ਤਲਵੰਡੀ ਸਾਬੋ ਜਿਹੜਾ ਕਿ ਬਠਿੰਡਾ ਦੇ ਵਿੱਚ ਹੈ ਮ्युनिसिपल कॉर्पोरेशन ਪੰਜਾਬ ਦੇ ਵਿੱਚ ਟੋਟਲ ਹੈ ਜੀ 13 ਮਹਾਰਾਜਾ ਰਣਜੀਤ ਸਿੰਘ ਦੀ ਧੱਤ ਤੋਂ ਬਾਅਦ ਜਿਹੜਾ ਰਾਜਾ ਬਣਿਆ ਉਸੇ ਖੜਕ ਸਿੰਘ ਫਰਸਟ ਐਂਗਲੋ ਸਿੱਖ ਵਾਰ ਹੋਈ डिसेंबर 1845 ਨੈਕਸਟ ਕੁਐਸਚਨ ਹੈ ਜੀ ਆਪਣੇ ਕੋ 91st ਸ਼ਿਵ ਕੁਮਾਰ ਬਟਾਲਵੀ ਗੋਟ ਸਹਾਇਤਾ ਅਕੈਡਮੀ ਵਾਰਡ ਫॉर ਵਿਚ ਬੁੱਕ 92nd ਹੈ ਜੀ ਵਿਚ ਇਜ਼ ਦਾ ਬਰਥ ਪਲੇਸ ਆਫ ਸ਼੍ਰੀ ਗੋਗਬਿੰਦ ਸਿੰਘ ਜੀ 93 ਥਰਡ ਹੈ ਜੀ ਵਾਟ ਇਜ਼ ਦਾ ਨੇਮ ਆਫ ਮੈਮੋਰੀਅਲ ਬਿਲਟ ਬਾਈ ਪੰਜਾਬ ਗਵਰਨਮੈਂਟ ਐਟ ਕਰਤਾਰਪੁਰ 94 ਥਾ ਜੀ ਵਾਟ ਇਜ਼ ਦਾ ਏਰੀਆ ਵਾਈਜ਼ ਰੈਂਕ ਆਫ ਪੰਜਾਬ ਇਨ ਇੰਡੀਆ 95th ਹੈ ਜੀ ਸੌਰੀ ਵਿਚ ਆਫ ਦਾ ਫਾਲੋਇੰਗ ਕ੍ਰੌਪ ਇਜ਼ ਸ਼ੋਨ ਇਨ ਦਾ ਅਫੀਸ਼ੀਅਲ ਸੀਲ ਆਫ ਪੰਜਾਬ ਗਵਰਨਮੈਂਟ 96th ਹੈ ਜੀ ਵਿਚ ਵਿਲੇਜ ਆਫ ਪੰਜਾਬ ਇਜ਼ ਨੋਨ ਐਸ ਨਰਸਰੀ ਆਫ ਹਾਕੀ 올림ਪੀਅਨਸ ਤਾਂ ਇਹ ਕੁਐਸਚਨ ਹੈ ਜੀ ਪਹਿਲਾ ਜੀ ਸ਼ਿਵਕੁਮਾਰ ਬਟਾਲਵੀ ਨੂੰ ਸਾਹਿਤ ਅਕੈਡਮੀ ਅਵਾਰਡ ਕਿਸ ਬੁੱਕ ਲਈ ਦਿੱਤਾ ਗਿਆ ਸੈਕੰਡ ਹੈ ਜੀ ਸ਼੍ਰੀ ਗੁਰਗੋਬਿੰਦ ਸਿੰਘ ਜੀ ਦਾ ਬਰਥ ਪਲੇਸ ਕੀ ਹੈ ਜੀ 93rd ਹੈ ਜੀ ਇੱਕ ਮੈਮੋਰੀਅਲ ਬਣਾਇਆ ਗਿਆ ਪੰਜਾਬ ਸਰਕਾਰ ਦੁਆਰਾ ਕਤਾਰਪੁਰੋ ਦਾ ਨਾਮ ਕੀ ਹੈ 94th ਹੈ ਜੀ ਏਰੀਆ ਵਾਈਜ਼ ਪੰਜਾਬ ਦਾ ਰੈਂਕ ਕੀ ਹੈ ਪੂਰੇ ਇੰਡੀਆ ਦੇ ਵਿੱਚ 95th ਹੈ ਜੀ ਕਿਹੜਾ ਕ੍ਰੌਪ ਹੈ ਜਿਹੜਾ ਕਿ ਪੰਜਾਬ ਸਰਕਾਰ ਦੀ ਸੀਲ ਦੇ ਉੱਪਰ ਬਣਿਆ ਹੋਇਆ ਹੈ 96th ਹੈ ਜੀ ਕਿਹੜੀ ਪੰਜਾਬ ਦੀ ਇਹੋ ਜਿਹਾ ਵਿਲੇਜ ਹੈ ਜਿਸ ਨੂੰ ਨਰਸਰੀ ਆਫ ਹਾਕੀ 올ੰਪੀਅਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ 91st ਲੈ ਕੇ 96th ਦੇ ਕੁਐਸਚਨਸ ਨੇ ਜੋ ਵੀ ਇਸ ਦਾ ਆਨਸਰ ਬਣਦਾ ਹੈ ਤੁਹਾਡੇ ਅਕੋਰਡਿੰਗਲੀ ਉਹ ਥੱਲੇ ਕਮੈਂਟ ਦੇਣ ਦੀ ਕੋਸ਼ਿਸ਼ ਜ਼ਰੂਰ ਕਰੋ 91st 92nd 93rd 94 95 96 चलो जी आप इसको स्पीडली आंसर चैक करा शिव कुमार बटालवी गॉड साहित्य अकैडमी अवार्ड फॉर द बुक लूना लूनाली उन्होंने यह टाइटल दिता गया नाइन सिक्सटी सेवन नैक्सट इज़ बर्थ प्लेस ऑफ श्री गुरु गोबिंद सिंह है जी पटना नाइनटी थर्ड वट इज़ द नेम ऑफ मेमोरियल बिल्ड बाय गमेंट एट करतारपुर है जी आप पढ़ चुके हैं जंग आजादी वट इज़ द एरियाइज रैंक ऑफ पाबाब इन इन इंडिया वह है जी नाइनटीन नाइनटी फिफ्थ विच ऑफ द फॉलिंग क्रॉप शोन इन अफिशियल सील ऑफ पाब गमेंट वह है जी वीट स्टॉक कणक का चिट्टा जिसनों आप कहने विच विलेज ऑफ पाबाज इज़ नॉन एज नर्सरी ऑफ हॉकी वो है जी संसारपुर जो कि जलंधर के पता है ठीक है जी चलो जी अगे क्वेश्चन देखते हैं 97 सैवन 99 एट नाइनटी नाइन नाइन हंडेड नाइनटी सैवन था जी नानक सिंह नावलकर गॉड साहित्य अकैडमी अवार्ड फॉर बिच बुक नाइनटी एट विच टू डिस्ट्रिक्स ऑफ पाब आर द मेजर प्रोड्यूस ऑफ मैंगोस नाइन नाइन अकॉर्डिंग टू पाबाबी देसी कैलेंडर जिसनों अपना नानक शाही कैलेंडर कह हैं विच इज़ द फस्ट मंथ ऑफ द ईयर हंडरडथ विच इज़ द डैम इन नाइनटी सैवन नाइनटी एट नाइनटी नाइन ਇਹ ਕੁਐਸਚਨ ਹੈ ਜੀ 97 ਹੈ ਜੀ ਨਾਨਕ ਸਿੰਘ ਨੂੰ ਸਾਇਤਾ ਅਕੈਡਮੀ ਅਵਾਰਡ ਕਿਹੜੀ ਬੁੱਕ ਲਈ ਦਿੱਤਾ ਗਿਆ ਕਿਹੜੇ ਦੋ ਇਹੋ ਜਿਹੇ ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ ਜਿਹੜੇ ਮੰਗੋਸ ਦੀ ਪ੍ਰੋਡਕਸ਼ਨ ਕਰਦੇ ਨੇ 99 ਹੈ ਜੀ ਦੇਸੀ ਕੈਲੰਡਰ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਪਹਿਲਾ ਮਹੀਨਾ ਸਾਲ ਦਾ ਕਿਹੜਾ ਹੁੰਦਾ ਹੈ ਔਰ ਲਾਸਟ ਕੁਐਸਚਨ ਹੈ ਜੀ ਪੰਜਾਬ ਦੇ ਵਿੱਚ ਲਾਰਜੇਸਟ ਡੈਮ ਕਿਹੜਾ ਹੈ ਤਈ ਕੁਐਸਚਨ ਨੇ ਜੀ ਆਨਸਰ ਦੇ ਕੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰੋ 97 98 99 100 ਕਵੈਸਚਨਸ ਨੇ ਔਰ ਇਹਨਾਂ ਦੇ ਆਨਸਰ ਆਪਾਂ ਚੈੱਕ ਕਰਦੇ ਹਾਂ ਜਲਦੀ ਜਲਦੀ ਪਹਿਲੇ ਦਾ ਹੈ ਜੀ ਇੱਕ ਮਿਆਂ ਦੋ ਤਲਵਾਰਾਂ 1962 ਸੋ ਇਹ ਇੱਕ ਬੁੱਕ ਹੈ ਜਿਹੜੀ ਕਿ ਨਾਨਕ ਸਿੰਘ ਦੇ ਦੁਆਰਾ ਲਿਖੀ ਗਈ ਸੀ ਜਿਸ ਲਈ ਉਹਨਾਂ ਨੂੰ ਸਹਾਇਤਾ ਅਕੈਡਮੀ ਅਵਾਰਡ ਮਿਲਿਆ ਸੀ 1962 ਦੇ ਵਿੱਚ ਔਰ ਬੁੱਕ ਦਾ ਨਾਮ ਸੀ ਇੱਕ ਮਿਆਂ ਦੋ ਤਲਵਾਰਾਂ ਨੈਕਸਟ ਹੈ ਵਿਚ ਟੂ ਡਿਸਟ੍ਰਿਕਟਸ ਆਫ ਪੰਜਾਬ ਆਰ ਦਾ ਮੇਜਰ ਪ੍ਰੋਡਿਊਸਰਸ ਆਫ ਮੰਗੇਸ ਮੰਗੇਸ ਕਿਹੜੇ ਦੋ ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ ਪ੍ਰੋਡਿਊਸ ਕਰਦੇ ਨੇ ਉਹ ਹੈ ਜੀ ਗੁਰਦਾਸਪੁਰ ਤੇ ਹਸ਼ਿਆਰਪੁਰ ਕਿਹੜਾ ਜੀ ਗੁਰਦਾਸਪੁਰ ਤੇ ਹਸ਼ਿਆਰਪੁਰ ਬੜੇ ਕੁਐਸਚਨ ਹੋਰ ਹੈ ਜੀ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਹੈ ਉਹ ਜਾਂ ਫਰੂਟ ਹੈ ਜਿਹੜਾ ਕਿ ਪ੍ਰੋਡਿਊਸ ਕੀਤਾ ਜਾਂਦਾ ਕਿਹੜਾ ਹੈ ਉਹ ਜਾਂ ਸਿਟਰਸ ਫਰੂਟ ਹੈ ਜਿਹੜਾ ਕਿ ਪੈਦਾ ਕੀਤਾ ਜਾਂਦਾ ਉਹ ਹੈਗਾ ਜੀ ਕਿਨੂ ਕਿਹੜਾ ਜੀ ਕਿਨੂ 99 ਹੈ ਜੀ ਅਕੋਰਡਿੰਗ ਟੂ ਦਾ ਪੰਜਾਬੀ ਦੇਸੀ ਕੈਲੰਡਰ ਨਾਨਕਸ਼ਾਈ ਕੈਲੰਡਰ ਵਿਚ ਇਜ਼ ਦਾ ਫਰਸਟ ਮੰਥ ਆਫ ਦੀ ਇਅਰ ਉਹ ਕਿਹੜਾ ਹੁੰਦਾ ਜੀ ਚੇਤ ਕਿਹੜਾ ਹੁੰਦਾ ਜੀ ਚੇਤ ਔਰ ਲਾਸਟ ਮੰਥ ਹੁੰਦਾ ਫਗਣ ਤੁਸੀਂ ਪੜ ਸਕਦੇ ਹੋ ਅੱਜ ਦੇ ਸੈਸ਼ਨ ਦਾ ਲਾਸਟ ਕੁਐਸਚਨ ਹੈ ਜੀ ਵਿਚ ਇਜ਼ ਦਾ ਲਾਰਜੈਸਟ ਡੈਮ ਆਫ ਪੰਜਾਬ ਪੰਜਾਬ ਦੇ ਵਿੱਚ ਲਾਰਜੈਸਟ ਡੈਮ ਕਿਹੜਾ ਹੈ ਉਹ ਸਾਰਿਆਂ ਨੂੰ ਪਤਾ ਹੈ ਜੀ ਉਹ ਕਿਹੜਾ ਜੀ ਰੰਜੀਤ ਸਾਗਰ ਡੈਮ ਜਿਸ ਨੂੰ ਥੇਨ ਡੈਮ ਵੀ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਹ ਸੀ ਜੀ ਆਪਣਾ ਪੰਜਾਬ ਜੀਕੇ ਦਾ ਮੈਰਾਥਨ ਉਮੀਦ ਕਰਦਾ ਤੁਹਾਨੂੰ ਬਹੁਤ ਸਾਰੇ ਕੁਐਸਚਨਸ ਆਨਸਰ ਆਉਂਦੇ ਵੀ ਹੋਣੇ ਆ ਔਰ ਜਿਹੜੇ ਨਹੀਂ ਆਉਂਦੇ ਉਹਨਾਂ ਦੀ ਪ੍ਰੈਕਟਿਸ ਹੋ ਗਈ ਹੋਣੀ ਹੈ ਜ਼ਰੂਰ ਠੀਕ ਹੈ ਤਾਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਗਰ ਤੁਸੀਂ ਚੈਨਲ ਤੇ ਨਵੇਂ ਸੀ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਵੰਦੇ ਮਾਤਰਮ